ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਵਿੱਚ ਜਿਹੜੇ ਬੋਲ ਲਿਖੇ ਹੋਏ ਨੇ ਜਿਹੜੇ ਅੱਖਰ ਲਿਖੇ ਹੋਏ ਨੇ ਉਹ ਅੰਮ੍ਰਿਤਸਰ ਸੱਚਾ ਅੰਮ੍ਰਿਤਸਰ ਹੈ ਉਹ ਤਾਂ ਬਚਨਾਂ ਦੇ ਵਿੱਚ ਮਨ ਇਸ਼ਨਾਨ ਕਰੇਗਾ ਭਾਵ ਮਨ ਤੁਹਾਡਾ ਜੀਵਨ ਉਹਨਾਂ ਬਚਨਾਂ ਅਨੁਸਾਰ ਹੋ ਜਾਏਗਾ ਮੁਕਤੀ ਹੋ ਜਾਏ ਮੈਂ ਅੰਦਰ ਦੀ ਸਾਫ਼ ਹੋ ਜਾਏ ਮੱਥਾ ਟੇਕਣ ਨਾਲ ਕੁਛ ਨਹੀਂ ਹਜ਼ਾਰ ਜਨਮ ਮੱਥਾ ਟੇਕਿਆ ਲੱਖ ਜਨਮ ਕੋਈ ਮੱਥਾ ਟੇਕਦਾ ਗਿਆਨ ਨਹੀਂ ਆਏ ਸਿੰਪਲ ਐਗਜ਼ਾਮਪਲ ਮੈਂ ਦਿੰਦਾ ਹੁੰਦਾ ਤੁਸੀਂ ਤਾਂ ਸਾਰੇ ਪੜ੍ਹੇ ਲਿਖੇ ਹੋ ਤੁਸੀਂ ਡਾਕਟਰ ਬਣੇ ਇੰਜੀਨੀਅਰ ਬਣੇ ਤੁਹਾਡਾ ਬੱਚਾ ਡਾਕਟਰ ਦੀ ਡਿਗਰੀ ਕਰਦਾ ਪਿਆ ਉਹ ਡਾਕਟਰ ਦੀ ਕਿਤਾਬ ਲੈ ਆਉਂਦਾ ਹੈ ਜੋ ਵੀ ਉਹਨੂੰ ਲੱਗੀ ਹੈ BBS ਵਾਸਤੇ ਬਣਨ ਵਾਸਤੇ ਘਰ ਜਾ ਕੇ ਟੇਬਲ 'ਤੇ ਸਜਾ ਲੈਂਦਾ ਹੈ ਟੇਬਲ 'ਤੇ ਸਜਾ ਕੇ ਅਤੇ ਉਹਨੂੰ ਮੱਥਾ ਟੇਕਦਾ ਹੈ ਵੀ ਮੈਨੂੰ ਡਾਕਟਰ ਬਣਾ ਦੇ ਉਹਦੀ ਪਰਿਕਰਮਾ ਕਰਦਾ ਹੈ ਰੋਜ਼ ਹੀ ਉਹਨੂੰ ਪੈਸੇ ਚੜਾਉਂਦਾ ਉਹਨੂੰ ਦੁੱਧ ਪਿਆਉਂਦਾ ਉਹਨੂੰ ਆਟਾ ਖਵਾਉਂਦਾ ਹੈ ਨਾ ਉਹਨੂੰ ਰੋਟੀ ਖਵਾਉਂਦਾ ਹੈ ਰੋਜ਼ ਹੀ ਮੈਨੂੰ ਡਾਕਟਰ ਬਣਾ ਦੇ ਪਰ ਪੜ੍ਹਦਾ ਨਹੀਂ ਕੋਈ ਡਾਕਟਰ ਬਣ ਜਾ ਕਿਉਂ ਬਿਰਾਜਮਾਨ ਕਰ ਦਿੱਤਾ ਮੱਥਾ ਟੇਕਿਆ ਦੁੱਧ ਦੀਆਂ ਕੈਨੀਆਂ ਲਿਆਂਦੀਆਂ ਨੇ ਰਾਤ ਪ੍ਰਸ਼ਾਦ ਅੱਗੇ ਰੱਖਿਆ ਭੋਜਨ ਰੱਖਿਆ ਮਹਾਰਾਜ ਜੀ ਭੋਗ ਲਾਓ ਜਾਣਾ ਜੀ ਹਾਂਜੀ ਫਿਰ ਕਰਨਾ ਪਏਗਾ ਨਾ ਕੁਛ ਪੜ੍ਹਨਾ ਪਏਗਾ ਨਾ ਜੇ ਤੁਸੀਂ ਕਿਹਾ ਬੱਚਾ ਡਾਕਟਰ ਨਹੀਂ ਬਣ ਸਕਦਾ ਕਿਉਂਕਿ ਉਹਨੇ ਪੜ੍ਹਿਆ ਹੀ ਨਹੀਂ ਅਤੇ ਅਸੀਂ ਪੜ੍ਹਿਆ ਹੀ ਨਹੀਂ ਤਾਂ ਅਸੀਂ ਸਿੱਖ ਬਣ ਜਾਵਾਂ ਹਾਂਜੀ ਫਿਰ ਕਰਨਾ ਪਏਗਾ ਕੁਛ ਪੜ੍ਹਨਾ ਪਏਗਾ ਜੇ ਸਿੱਖ ਬਣਨਾ ਅਤੇ ਡਿਗਰੀ ਲੈਣੀ ਹੈ ਸਿੱਖ ਦੀ ਅਤੇ ਸਿੱਖ ਦਾ ਮਤਲਬ ਕੀ ਹੈ ਸੱਸਾ ਮਤਲਬ ਹੁੰਦਾ ਸੱਚ ਅਤੇ ਖੱਖਾ ਮਤਲਬ ਨਾ ਖੋਜ ਜੋ ਸੱਚ ਦੀ ਖੋਜ ਵਿੱਚ ਨਿਕਲਿਆ ਉਹਨੂੰ ਕਹਿੰਦੇ ਨੇ ਸਿੱਖ ਗੁਰੂ ਨਾਨਕ ਦਾ ਸਿੱਖ ਹੈ ਸੱਚ ਦਾ ਖੋਜੀ ਹੈ ਉਹ ਸੱਚ ਨੂੰ ਲੱਭਣ ਲੱਗਾ ਅਤੇ ਲੱਭਣਾ ਕਿੱਥੋਂ ਅੰਦਰੋਂ ਬਾਹਰ ਤੋਂ ਸੱਚ ਹੈ ਨਹੀਂ ਲੱਭਣਾ ਜਿਨ ਗੁਰੂ ਖੋਜ ਢੋਲਿਆ ਤਿੰਨ ਅੰਦਰੋਂ ਹੀ ਸੱਚ ਲੱਗਿਆ ਤਾਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆਂ ਸਿਰ ਮੇਲਾ ਦਸਤਗੀਰੀ ਨਾ ਆਏ ਬੰਦਿਆ ਜੇ ਰੱਬਣਾ ਹੀ ਆ ਰੱਬ ਨੂੰ ਤੇ ਆਪਣੇ ਅੰਦਰੋਂ ਲੱਭ ਆਪਣੇ ਅੰਦਰ ਨੂੰ ਖੋਜ ਅੰਦਰ ਖੋਜੇ ਤੱਤ ਲੈ ਪਾਏ ਮੁੱਖ ਦੁਆਰ ਅੰਦਰੋਂ ਖੋਜ ਇੱਥੋਂ ਤੱਤ ਵਸਤੂ ਪ੍ਰਾਪਤ ਕਰ ਅਤੇ ਫਿਰ ਤੈਨੂੰ ਮੁਕਤੀ ਦਾ ਦਰਵਾਜ਼ਾ ਮਿਲ ਜਾਏਗਾ ਵਾਹਿਗੁਰੂ 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 ਕਿੰਨਿਆਂ ਨੇ ਤੁਹਾਡੇ 'ਚੋਂ ਕਿੰਨਿਆਂ ਨੇ ਹੱਥ ਖੜਾ ਕਰੋ ਕਿੰਨਿਆਂ ਨੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ ਅਤੇ ਚਲੋ ਤੁਸੀਂ ਕੀਤੇ ਦਰਸ਼ਨ ਗੁਰੂ ਦੇ ਕੀਤੇ ਆ ਹੋਰ ਕਰੋ ਵਾਰ ਵਾਰ ਕਰੋ ਜਿਨ੍ਹਾਂ ਨੇ ਕੀਤੇ ਨਹੀਂ ਹੈ ਤਾਂ ਕਿੱਦਾਂ ਫਿਰ ਮੱਥਾ ਟੇਕਿਆ ਹੋ ਜਾਊਗਾ ਦੁੱਧ ਪਿਆ ਗੱਲ ਬਣ ਜੂਗੀ ਹਾਂਜੀ ਕਰਨਾ ਪਏਗਾ ਨਾ ਕੁਛ ਸ਼ੁਰੂ ਕਰਨਾ ਗੁਰੂ ਵਾਹਿਗੁਰੂ ਅੱਜ ਇੱਥੇ ਆਉਣ ਦਾ ਇਹੀ ਫਾਇਦਾ ਆ ਵੀ ਤੁਸੀਂ ਗੁਰੂ ਨਾਲ ਕੋਈ ਸਾਂਝ ਬਣਾ ਪਾ ਤੁਹਾਡਾ ਗੁਰੂ ਹੈ ਇੱਦਾਂ ਕਿਆ ਕਰੋ ਮੇਰਾ ਗੁਰੂ ਗ੍ਰੰਥ ਸਾਹਿਬ ਮੇਰਾ ਸਤਿਗੁਰੂ ਸਤਿਗੁਰ ਪਰਮੇਸ਼ਰ ਮੇਰਾ ਅਨੰਤ ਰਾਜ ਭੋਗ ਰਸ ਮਾਣੀ ਨਾਮ ਜਪੀ ਪਰਵਾਸਾ ਤੇਰਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਤੇਰੇ ਅਜੇ ਤਾਂ ਆਪ ਹੀ ਨਹੀਂ ਚੜੇ ਨਾ ਪਰਿਵਾਰ ਵੀ ਚੜਾਉਣਾ ਸੀ ਨਾਲ ਪਰ ਅਜੇ ਆਪ ਨਹੀਂ ਪਰਿਵਾਰ ਕਿਹੜਾ ਆ ਆਏ ਸਾਡਾ ਅੰਦਰ ਦਾ ਹੀ ਪਰਿਵਾਰ ਅੰਦਰ ਬੜਾ ਵੱਡਾ ਪਰਿਵਾਰ ਹੈ ਸਾਡੇ ਅੰਦਰ ਬੜਾ ਕੁਛ ਪਿਆ ਗੁਰੂ ਆਇਆ ਅੰਦਰ ਵਿਕਾਰ ਪਏ ਨੇ ਅਤੇ ਅੰਦਰ ਵਧੀਆ ਗੁਣ ਵੀ ਪਏ ਨੇ ਅੰਦਰ ਕਾਮ ਗੁਰੂ ਲੋਕ ਅਹੰਕਾਰ ਵੀ ਹੈਗਾ ਅਤੇ ਅੰਦਰ ਸਤਸੰਗ ਦੁੱਖ ਦਇਆ ਧਰਮ ਸੁੱਚ ਵੀ ਹੈਗੀ ਇਹ ਸਰੀਰ ਰੂਪੀ ਗਿਆਨ ਇੰਦਰੇ ਕਰਮ ਇੰਦਰੇ ਮਹਾਰਾਜ ਜੀ ਮੈਂ ਸਾਰੇ ਹੀ ਤੁਹਾਡੇ ਪੇੜੇ 'ਤੇ ਚੜ੍ਹਾਤੇ ਨੇ ਹੁਣ ਮੇਰੀਆਂ ਅੱਖਾਂ ਬੁਰਾ ਨਹੀਂ ਦੇਖਦੀਆਂ ਮੈਂ ਗੁਰੂ ਨਾਨਕ ਸਾਹਿਬ ਤੁਹਾਡੇ ਪੇੜੇ 'ਤੇ ਚੜ੍ਹਾਤੀਆਂ ਅੱਖਾਂ ਇਹ ਦੇਖਦੀਆਂ ਨੇ ਤੇ ਧੀ ਦੇਖਦੀਆਂ ਨੇ ਇਹ ਦੇਖਦੀਆਂ ਨੇ ਤੇ ਭੈਣ ਦੇਖਦੀਆਂ ਨੇ ਇਹ ਦੇਖਦੀਆਂ ਨੇ ਤੇ ਮਾਂ ਦੇਖਦੀਆਂ ਨੇ ਵਿਹੜੇ ਤੱਕ ਗਈਆਂ ਪਹਿਲਾਂ ਕੁਛ ਹੋਰ ਦੇਖਦੀਆਂ ਸੀ ਹੁਣ ਮੈਂ ਤੁਹਾਡੇ ਪੇੜੇ 'ਤੇ ਚੜ੍ਹਾਤੀਆਂ ਅੱਖਾਂ ਮਹਾਰਾਜ ਇਹ ਅੱਖਾਂ ਮੇਰੀਆਂ ਤੁਸੀਂ ਕਿਰਪਾ ਕਰਕੇ ਪਵਿੱਤਰ ਕਰ ਦਿਓ ਮੈਨੂੰ ਦਿਸੇ ਤੇ ਮਾਂ ਦਿਸੇ ਧੀ ਦਿਸੇ ਭੈਣ ਦਿਸੇ ਚੱਲ ਗਈਆਂ ਵੇਲੇ ਤੇ ਹਾਂਜੀ ਜੇ ਅੱਖਾਂ ਮੈਲੀਆਂ ਨੇ 50 ਜਨਮ ਲੱਗੇ ਰਹੋ ਕਰੋੜ ਜਨਮ ਲੱਗੇ ਰਹੋ
ਜਦ ਤੱਕ ਅੱਖਾਂ ਮੈਲੀਆਂ ਰੱਬ ਦੇ ਦਰਸ਼ਨ ਨਹੀਂ ਹੋਣ ਚੇਤਾ ਰੱਖੋ ਵਾਹਿਗੁਰੂ ਰੱਬ ਦੇ ਦਰਸ਼ਨ ਇਹਨਾਂ ਅੱਖਾਂ ਨਾਲ ਨਹੀਂ ਹੁੰਦੇ ਤੇ ਅੱਖੜੀਆਂ ਵਿਆਹ ਜਿੰਨੀ ਦਿਸਣ ਦੋ ਮਾਂ ਪੀ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਦੇ ਦਰਸ਼ਨ ਉਹ ਇਹਨਾਂ ਵਿੱਚੋਂ ਹੀ ਬਦਲ ਕੇ ਪੈਦਾ ਹੋ ਇਹਨਾਂ ਨੂੰ ਬਦਲ ਕੇ ਹੀ ਉਹ ਬਣਦੀਆਂ ਨੇ ਅੱਖਾਂ ਇਹ ਅੱਖਾਂ ਮੈਲੀਆਂ ਨੇ ਇਹਨਾਂ ਨੇ ਪਰਾਇਆ ਤਨ ਦੇਖਿਆ ਪਰਾਇਆ ਤਨ ਦੇਖਿਆ ਇਹ ਰੱਬ ਨੂੰ ਨਹੀਂ ਦੇਖ ਸਕਣਗੇ ਇਹਨਾਂ ਨੂੰ ਪਵਿੱਤਰ ਕਰ ਲਾਂਗੇ ਤੇ ਸ਼ਾਇਦ ਰੱਬ ਦੇ ਦਰਸ਼ਨ ਹੋ ਜਾਣਗੇ ਇਹਨਾਂ ਨੂੰ ਪਰ ਇਹਨਾਂ ਨੂੰ ਬਹੁਤ ਬਿਲਕੁਲ ਪਵਿੱਤਰ ਕਰਨਾ ਇਹਨਾਂ ਦੇ ਵਿੱਚੋਂ ਰੱਬ ਤੋਂ ਬਗੈਰ ਕੁਛ ਵੀ ਨਾ ਦਿਸੇ ਜਿੱਧਰ ਦੇਖਣ ਕੇਵਲ ਪਰਮੇਸ਼ਰ ਦਾ ਰੂਪ ਦੇਖਣਾ ਨੇਤਰੋ ਮੇਰੇ ਹਰ ਦਿਨ ਅਗਰ ਨਾ ਤੇ ਦੇਖਣਾ ਹੀ ਹੈ ਤੇ ਜਿਹਦੇ 'ਚ ਦੇਖਣਾ ਸਿਰਫ ਪਰਮੇਸ਼ਰ ਦੇ ਤੈਨੂੰ ਦੇਖਣ ਲਈ ਦਿੱਤੀਆਂ ਨੇ ਬੰਦ ਨਾ ਕਰ ਕੋਈ ਗੱਲ ਨਹੀਂ ਦਰਵਾਜ਼ੇ ਮਾਰ ਕੇ ਅੰਦਰ ਨਾ ਬਹਿ ਉੱਲੂ ਨਾ ਬਣ ਗਿਆਨੀ ਬਣ ਅੱਖਾਂ ਨਾਲ ਦੇਖ ਪਰ ਦੇਖ ਰੱਬ ਦਾ ਰੂਪ ਇਹਨਾਂ ਅੱਖਾਂ ਨਾਲ ਦੇਖ ਧੀ ਦੇਖ ਮਾਂ ਦੇਖ ਪੁੱਤ ਅੱਜ ਦੇ ਸਾਰੇ ਗੁਰੂ ਨਾਨਕ ਦੀ ਸਿੱਖਿਆ 'ਤੇ ਅਮਲ ਕਰ ਲੈਣ ਅੱਜ ਸੰਸਾਰ 'ਤੇ ਫੌਜ ਨਹੀਂ ਚਾਹੀਦੀ ਪੁਲਿਸ ਨਹੀਂ ਚਾਹੀਦੀ ਕੁਛ ਵੀ ਨਹੀਂ ਚਾਹੀਦਾ ਜੇ ਸਾਰੇ ਹੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਇੱਥੇ ਅਮਲ ਕਰਦੇ ਹੋਣ ਇਹ ਫੌਜ ਦੀ ਲੋੜ ਹੈਗੀ ਹਾਂਜੀ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ 'ਤੇ ਅਮਲ ਕਰ ਲਏ ਸੰਸਾਰ ਅੱਜ ਸੁਖੀ ਹੋ ਸਕਦਾ ਇੱਕ ਦਿਨ ਸੁਖੀ ਹੋ ਸਕਦਾ ਕਾਲ ਖਾਏ ਕਿ ਸ਼ਤਰੂ ਦੇ ਨਾਨਕ ਰਾਹ ਸ਼ਸ਼ਾਨ ਇੱਥੇ ਸਾਰਾ ਸੰਸਾਰ ਅਮਲ ਕਰ ਲਏ ਵੀ ਅਸੀਂ ਦੂਜੇ ਦਾ ਸਮਾਨ ਲੁੱਟ ਕੇ ਨਹੀਂ ਖਾਣਾ ਦੂਜੇ ਦੀ ਜੇਬ ਕੱਟ ਕੇ ਨਹੀਂ ਖਾਣੀ ਸਿਰਫ ਆਪਣਾ ਹੱਕ ਲੈਣਾ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਸੋਚਣਾ ਪਏਗਾ ਪਰਾਇਆ ਹੱਕ ਕੀ ਹੈ ਮੁਰਦਾਰ ਮੈਂ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਪਰਾਏ ਦੀ ਜੇਬ 'ਚ ਪੈਸੇ ਕੱਢ ਕੇ ਖਾ ਲਏ ਕੀ ਮੁਰਦਾਰ ਤਾਂ ਖਾ ਲਿਆ ਮਾਸ ਤਾਂ ਖਾ ਲਿਆ ਤਾਂ ਸਾਨੂੰ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਮਲੀ ਜਾਮਾ ਪਹਿਨਾਉਣਾ ਪਏਗਾ ਚਲੋ ਜੇਕਰ ਦੂਜਾ ਦੇਖਦੇ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਣ ਅੱਖਾਂ ਪ੍ਰੇਮ ਵਿੱਚ ਖਿੱਚੀਆਂ ਹੋਈਆਂ ਨੇ ਤੇ ਕੇਵਲ ਵਾਹਿਗੁਰੂ ਨੂੰ ਦੇਖਦੀਆਂ ਪਈਆਂ ਨੇ ਤੇ ਜੇਕਰ ਦੂਜਾ ਦੇਖਦੇ ਜੇ ਵਾਹਿਗੁਰੂ ਤੋਂ ਬਗੈਰ ਕੁਛ ਹੋਰ ਦੇਖਦੀਆਂ ਨੇ ਤੇ ਜਦ ਨਾਨਕ ਕੱਢ ਤੇ ਚੰਨ ਕੋਈ ਲੋੜ ਨਹੀਂ ਇਹਨਾਂ ਦੀ ਸਿਲਾਈ ਪਾ ਕੇ ਬਾਹਰ ਕੱਢਦੇ ਨਹੀਂ ਵਜੋਂ ਫਿਰ ਕਾਹਤੂ ਦੇਖਦੀਆਂ ਨੇ ਬਾਬੇ ਨਾਨਕ ਦੀ ਸਿੱਖੀ ਕਿੰਨੀ ਔਖੀ ਹੈ ਸੌਖੀ ਨਹੀਂ ਹੈ ਵਾਹਿਗੁਰੂ ਜਿਹਨੂੰ ਅਸੀਂ ਸਿੱਖੀ ਕਹਿੰਦੇ ਪਏ ਹਾਂ ਉਹ ਥਾਂ ਤੇ ਵੀ ਸੀ ਨਹੀਂ ਆਈ ਵਾਹਿਗੁਰੂ ਉੱਠੇ ਮੰਡਪ ਮਾੜੀਆਂ ਬਾਹਰੋਂ ਚਿੱਤਵੀਆਂ ਬੜੀ ਸੋਹਣੀ ਬਿਲਡਿੰਗ ਹੋਵੇ ਤੇ ਬਾਹਰੋਂ ਬੜੇ ਚਿੱਤਰ ਕੀਤੇ ਹੋਣ ਪਰ ਛੱਤ ਹੋਵੇ ਨਾ ਉਹਦਾ ਕੋਈ ਫਾਇਦਾ ਹੈਗਾ ਉਹ ਸਿੱਖ ਦਾ ਕੀ ਫਾਇਦਾ ਬਾਹਰੋਂ ਤਾਂ ਬੜੀ ਵੱਡੀ ਕਿਰਪਾਨ ਪਾਈ ਹੋਵੇ ਬਾਹਰੋਂ ਬੜਾ ਸਜਿਆ ਤਜਿਆ ਹੋਵੇ ਪਰ ਅੰਦਰ ਉਹਦੇ ਕੱਖ ਵੀ ਨਾ ਹੋਵੇ ਅੰਦਰ ਵੈਰ ਵਿਰੋਧ ਹੋਵੇ ਅੰਦਰ ਆਪਣੇ ਭਰਾਵਾਂ ਨਾਲ ਹੀ ਲੜਦਾ ਹੋਵੇ ਆਪਣੇ ਭਰਾਵਾਂ ਦੀ ਸ਼ਮੀਲ ਲੜਦਾ ਹੋਵੇ ਟੱਠੀਆਂ ਕੰਮ ਨਾ ਆਪਣੇ ਵਿੱਚੋਂ ਸੱਖਣੀਆਂ ਵਿੱਚੋਂ ਤਾਂ ਸੱਖਣਾ ਹੈ ਨਹੀਂ ਤੈਨੂੰ ਦੱਸਦਾ ਕਿ ਕਿਆ ਵਾਹਿਗੁਰੂ ਵਾਹਿਗੁਰੂ ਬੜੀ ਦੁਖੀ ਹੈ ਤੇ ਉਹਦੇ ਨਾਲ ਤੁਸੀਂ ਉਹਦੇ ਨਾਲ ਗੱਲਬਾਤ ਕਰੋਗੇ ਮੈਂ ਕਿਹਾ ਲੈ ਆਇਓ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦੀ ਮੈਂ ਕਿਹਾ ਕਾਹਤੋਂ ਦੁਖੀ ਭੈਣ ਵਾਕਈ ਦੁਖੀ ਸੀ ਚਿਹਰੇ ਤੋਂ ਲੱਗਦੀ ਸੀ ਬਹੁਤ ਦੁਖੀ ਮੈਂ ਕਿਹਾ ਭੈਣ ਤੂੰ ਕਾਹਤੋਂ ਦੁਖੀ ਆ ਕੀ ਹੋ ਗਿਆ ਕਹਿੰਦੀ ਮੇਰਾ ਕੁਛ ਸ਼ਰਾਬ ਬਹੁਤ ਪੀਂਦਾ ਹੈ ਮੈਂ ਕਿਹਾ ਫਿਰ ਮੇਰੇ ਕੋਲ ਕੀ ਚਾਹੁੰਦੀ ਤੇ ਅਰਦਾਸ ਕਰ ਦਿਓ ਤੇ ਮੈਂ ਤਾਂ ਅਰਦਾਸ ਕਿਸੇ ਦੀ ਕਰਦਾ ਨਹੀਂ ਤੇਰਾ ਕੋਈ ਰਿਲੇਸ਼ਨ ਨਹੀਂ ਹੈਗਾ ਗੁਰੂ ਨਾਲ ਤੇਰਾ ਗੁਰੂ ਕਿਉਂ ਨਹੀਂ ਲੱਗਦਾ ਮਾਂ ਨਹੀਂ ਲੱਗਦੀ ਭੈਣ ਭਰਾ ਕੁਛ ਨਹੀਂ ਲੱਗਦਾ ਤੇਰਾ ਗੁਰੂ ਤੂੰ ਆਪਣੀ ਗੱਲ ਗੁਰੂ ਨੂੰ ਕਹਿ ਨਹੀਂ ਸਕਦੀ ਇੱਡੀ ਉਮਰ ਹੋ ਗਈ ਹੈ ਤੇ ਤੂੰ ਅਜੇ ਵੀ ਇਹਨੂੰ ਵੀ ਮੇਰੀ ਕੋਈ ਅਰਦਾਸ ਕਰਦੇ ਨਹੀਂ ਕਹਿੰਦੀ ਪਿਛਲੇ ਸਾਲ ਦਿੱਲੀ ਤੋਂ ਬਾਬਾ ਆਇਆ ਸੀ ਤੇ ਉਹਨੇ ਅਰਦਾਸ ਕੀਤੀ ਸੀ ਤੇ ਮੈਂ ਕਿਹਾ ਫਿਰ ਕੀ ਹੋਇਆ ਕਹਿੰਦੀ ਫਿਰ ਦੋ ਸਾਲ ਉਹਨੇ ਸ਼ਰਾਬ ਨਹੀਂ ਪੀਤੀ ਮੈਂ ਕਿਹਾ ਫਿਰ ਦਿੱਲੀ ਚਲ ਜਾਓ ਬੜੀ ਦੂਰ ਆ ਉਸੇ ਬਾਬੇ ਕੋਲ ਫਿਰ ਚਲ ਜਾਓ 500-700 ਤੇਰੇ ਕੋਲ 1000-2000 ਪਾਉਂਡ ਇਕੱਠਾ ਹੋ ਗਿਆ ਹੋਣਾ ਉਹਨੂੰ ਹੋਰ ਦਿਆ ਉਸ ਕੋਲ ਕਰਾ ਲਾ
ਤੇ ਜੇ ਤੂੰ ਆਪ ਆਪ ਕਰ ਆਪਣੀ ਅਰਦਾਸ ਆਪ ਕਰ ਪਰ ਮੈਂ ਕਿਹਾ ਮੈਨੂੰ ਦੱਸ ਕਾਰੋਬਾਰ ਕੀ ਆਪਾਂ ਮੁੱਢ ਲੱਭੀ ਹੈ ਨਾ ਅਰਦਾਸ ਕਰਕੇ 2 ਸਾਲ ਲਈ ਤਾਂ ਤੇਰੀ ਹੋ ਜੂਗੀ ਜਾਂ 1 ਸਾਲ ਲਈ ਹੋ ਜੂਗੀ ਜਾਂ 100 ਸਾਲ ਲਈ ਹੋ ਜੂਗੀ ਪਰ ਅਗਲੇ ਜਨਮ ਤਾਂ ਫਿਰ ਤਾਂ ਭੋਗਣਾ ਪੈਣਾ ਟਰਾਂਸਫਰ ਤਾਂ ਕਰ ਸਕਦੇ ਅਸੀਂ ਥੋੜ੍ਹਾ ਬਹੁਤ ਪਰ ਭੋਗਣਾ ਪੈਣਾ ਜਿਹੜਾ ਕਰਮ ਕੀਤਾ ਉਹਦਾ ਫਲ ਅਵਸ਼ ਭੋਗਣਾ ਪੈਣਾ ਵਾਹਿਗੁਰੂ ਕਾਰੋਬਾਰ ਕੀ ਹੈ ਕਹਿੰਦੀ ਸ਼ਰਾਬ ਦੀਆਂ 2 ਦੁਕਾਨਾਂ ਨੇ ਸੁਣ ਲਾ ਗਈ ਤੇ ਮੈਂ ਕਿਹਾ ਜਿਹੜੇ ਮੇਰੇ ਪੁੱਤਰ ਧੀਆਂ ਨੂੰ ਸ਼ਰਾਬ ਪਿਆਨੀ ਉਹਨਾਂ ਦੀ ਅਰਦਾਸ ਕੌਣ ਕਰੇਗਾ ਕਹਿੰਦੀ ਤੇਰੇ ਕਿਹੜੇ ਪੁੱਤਰ ਧੀਆਂ ਨੇ ਇੱਥੇ ਮੈਨੂੰ ਨਹੀਂ ਪਤਾ ਮੈਂ ਕਿਹਾ ਇੱਕ ਪਿਤਾ ਇੱਕ ਸਕੇਹਾ ਉਹ ਜਿਹੜੇ ਜਿਹਨਾਂ ਨੂੰ ਤੂੰ ਸ਼ਰਾਬ ਵੇਚਣੀ ਉਹ ਕੌਣ ਨੇ ਉਹ ਵੀ ਤੇ ਮੇਰੇ ਭਰਾ ਹੀ ਨੇ ਤੈਨੂੰ ਲੱਗਦੇ ਨੇ ਗੋਰੇ ਕਾਲੇ ਪਰ ਗੁਰਮਤ ਦੀ ਕਸਵੱਟੀ ਤੇ ਪੜ੍ਹ ਕੇ ਵੇਖ ਉਹ ਵੀ ਤਾਂ ਤੇਰੇ ਭਰਾ ਹੀ ਨੇ ਹਾਂ ਇੱਕ ਅਰਦਾਸ ਮੈਂ ਕਰ ਦੇਣਾ ਤੇਰੀ ਜੇ ਕਰਾਉਣੀ ਹੈ ਤੇ ਕਹਿੰਦੀ ਕਿਹੜੀ ਮੈਂ ਕਿਹਾ ਮੈਂ ਕਹਿੰਦਾ ਵੀ ਤੇਰਾ ਬਿਜ਼ਨਸ ਫੇਲ ਹੋ ਜਾਵੇ ਤੇ ਸਤਿਗੁਰ ਤੈਨੂੰ ਕੋਈ ਹੋਰ ਕਾਰੋਬਾਰ ਦੇ ਦੇ ਗੁਰਪੰਥ ਅਨੁਸਾਰ ਤੇਰੀ ਰੋਟੀ ਪਾਣੀ ਚੱਲਦਾ ਰਹੇ ਤੇ ਕਰਦੇ ਹਾਂ ਅਰਦਾਸ ਪਰ ਕਿੱਥੇ ਬਿਜ਼ਨਸ ਫੇਲ ਕਰਾਉਣਾ ਕੁਛ ਨਾ ਕਰ ਮੇਰਾ ਪੁੱਤਰ ਤੇ ਸ਼ਰਾਬ ਨਾ ਪੀਵੇ ਪਰ ਲੋਕਾਂ ਦੇ ਪੁੱਤਰਾਂ ਨੂੰ ਸ਼ਰਾਬ ਕਰਕੇ ਬਿਮਾਰ ਹੋਣਾ ਇਹ ਸਿੱਖੀ ਜੋ ਬੀਜਿਆ ਆਪੇ ਬੀਜ ਆਪੇ ਹੀ ਬੋਲਦੇ ਖੁਦ ਤੇ ਬੋਲ ਕੋਈ ਬਾਣੀ ਬੋਲਦੇ ਆਪੇ ਬੀਜ ਬੀਜ ਬੀਜਿਆ ਨਾ ਲੋਕਾਂ ਦੇ ਪੁੱਤਰਾਂ ਦੀਆਂ ਸ਼ਰਾਬ ਪਿਆਈ ਤੇ ਆਪਣਾ ਪੁੱਤਰ ਪੀਣ ਲੱਗ ਗਿਆ ਜੇ ਕਿਸੇ ਦੇ ਪੁੱਤਰ ਧੀ ਦਾ ਭਲਾ ਕੀਤਾ ਹੁੰਦਾ ਤੇ ਸ਼ਾਇਦ ਆਪਣਾ ਵੀ ਪੁੱਤਰ ਠੀਕ ਰਹਿੰਦਾ ਉੱਥੇ ਹੋਰ ਸੀਗਾ ਇੱਕ ਮੈਨੂੰ ਆਪਣੇ ਘਰ ਲੈ ਗਿਆ ਤੈਨੂੰ ਪਾਉਣ ਵਾਸਤੇ ਤੁਸੀਂ ਸਾਰੇ ਜਾਂਦੇ ਨਾ ਭਾਈ ਸਾਹਿਬ ਸਾਡੇ ਘਰ ਚਰਨ ਸਾਡੇ ਆਪਣੇ ਚਰਨ ਬਣਾ ਲਓ ਕਿਸੇ ਦੀ ਲੋੜ ਹੀ ਨਾ ਪਾਉਣ ਪਾਉਣ ਦੀ ਆਪ ਹੀ ਇੰਨੇ ਪਵਿੱਤਰ ਹੋ ਜਾਓ ਜਿੱਥੇ ਤੁਸੀਂ ਬੈਠੋ ਮੈਂ ਕਿਹਾ ਮੈਂ ਜਾਣਾ ਨਹੀਂ ਜਿਹਨੇ ਮੈਨੂੰ ਲੈ ਕੇ ਜਾਣਾ ਸੀ ਤੇ ਲੈ ਹੀ ਗਿਆ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਘਰ ਲਿਆ ਗਿਆ ਘਰ ਬੜਾ ਵੱਡਾ ਸਾਰਾ ਖੁੱਲ੍ਹਾ ਘਰ ਕੋਠੀ ਬੜੀ ਵੱਡੀ ਪਰ ਸੁੱਖ ਅੰਦਰ ਹੈ ਘਰ ਬੜਾ ਤਕੜਾ ਬੀਬੀ ਜੀ ਨੂੰ ਆਕਸੀਜਨ ਲੱਗੀ ਸਾਹ ਨਹੀਂ ਆਉਂਦਾ ਜਿੱਦਾਂ ਵੱਡਾ ਘਰ ਹੈ ਉੱਡੀ ਵੱਡੀ ਨਾਲੀ ਲਾਈ ਸਿਲੰਡਰ ਪਿੱਛੇ ਰੱਖਿਆ ਹੈ ਜਿੱਦਾਂ ਜਾਣਾ ਉਹ ਨਾਲੀ ਨਾਲ ਸਿਲੰਡਰ ਦੀ ਨਾਲ ਹੀ ਜਾਣੀ ਦਾਸ ਉੱਥੇ ਚੱਲ ਗਿਆ ਉਹਨਾਂ ਨੇ ਕਹਿੰਦੇ ਛਕਲੋ ਛਕਲੋ ਮੈਂ ਛੱਡਦਾ ਨਹੀਂ ਕੁਛ ਨਹੀਂ ਨਹੀਂ ਆਪੇ ਘਰ ਦਾ ਬਣਾਇਆ ਆ ਜੂਸ ਆ ਇਹ ਉਹ ਹੈ ਅਤੇ ਮੈਂ ਕਿਹਾ ਚਲੋ ਦੇ ਦਿਓ ਥੋੜ੍ਹਾ ਜੂਸ ਪੀ ਲਿਆ ਮੈਂ ਅਤੇ ਮੈਂ ਕਿਹਾ ਹੁਣ ਤੁਹਾਡਾ ਭਲਾ ਕਰਨਾ ਪੈਣਾ ਜੂਸ ਖਾ ਲਿਆ ਤੁਹਾਡਾ ਲੂਣ ਖਾ ਲਿਆ ਭਲਾ ਕਰਨਾ ਪੈਣਾ ਮੈਂ ਕਿਹਾ ਬੀਬੀ ਜੀ ਮੱਛੀਆਂ ਤਲਦੇ ਹੁੰਦੇ ਸੀ ਰੈਸਟੋਰੈਂਟ ਖੋਲ੍ਹਿਆ ਹੋਣਾ ਮੈਂ ਸੋਚਿਆ ਵੀ ਕੋਈ ਅੰਤਰਜਾਮੀ ਮੈਂ ਅੰਤਰਜਾਮੀ ਨਹੀਂ ਹੈਗਾ ਇੱਦਾਂ ਨਾ ਸਮਝੀ ਵੀ ਮੈਨੂੰ ਸਾਰਾ ਕੁਛ ਪਤਾ ਪਰ ਮੈਨੂੰ ਲੱਗਦਾ ਤੈਨੂੰ ਸਾਹ ਨਹੀਂ ਆ ਰਿਹਾ ਤੇ ਸਮੁੰਦਰ 'ਚ ਮੱਛੀਆਂ ਕੱਢ ਕੱਢ ਕੇ ਲਿਆਉਂਦੇ ਸੀ ਤਾਂ ਜਿਵੇਂ ਪਾਣੀ 'ਚੋਂ ਬਾਹਰ ਨਿਕਲਦੀਆਂ ਸੀ ਨਾ ਉਹਨਾਂ ਨੂੰ ਸਾਹ ਨਹੀਂ ਸੀ ਹੁੰਦਾ ਉਹ ਬਿਮਾਰੀ ਹੁਣ ਤੈਨੂੰ ਲੱਗ ਗਈ ਉਹ ਕਹਿੰਦੇ ਹਾਂਜੀ ਸਾਡਾ ਕਾਰੋਬਾਰ ਸੀਗਾ ਰੈਸਟੋਰੈਂਟ ਸੀ ਅਤੇ ਮੱਛੀਆਂ ਲਿਆ ਕੇ ਤਲ ਤਲ ਕੇ ਲੋਕਾਂ ਨੂੰ ਖਵਾਉਂਦੇ ਸੀ ਮੈਂ ਕਿਹਾ ਫਿਰ ਨਜ਼ਾਰਾ ਲੈ ਲਿਆ ਐਡਾ ਵੱਡਾ ਘਰ ਬਣਾ ਲਿਆ ਇਹਨਾਂ ਪੈਸਿਆਂ ਨਾਲ ਸੁੱਖ ਲੈ ਲਿਆ ਸੁੱਖ ਨਾ ਹੀ ਬਹੁਤਾ ਤਨ ਖਾਟੇ ਸੁੱਖ ਨਾ ਹੀ ਪੇਖੇ ਨਿਰਤ ਨਾਟੇ ਸੁੱਖ ਨਾ ਹੀ ਉਹ ਦੇਸ ਕਮਾਏ ਸਚ ਸੁੱਖਾਂ ਹਰ ਹਰ ਗੁਣ ਗਾਏ ਬਹੁਤੇ ਵੱਡੇ ਘਰ ਬਣਾ ਕੇ ਸੁੱਖ ਨਹੀਂ ਮਿਲਣਾ ਬਹੁਤੇ ਨਾਚ ਗਾਣੇ ਵੇਖ ਕੇ ਸੁੱਖ ਨਹੀਂ ਮਿਲਣਾ ਬਹੁਤੇ ਦੇਸ਼ ਕਮਾ ਕੇ ਸੁੱਖ ਨਹੀਂ ਮਿਲਣਾ ਮੈਂ ਦੇਖਦਾ ਪਿਆ ਮੇਰੇ ਰਿਸ਼ਤੇਦਾਰ ਨੇ ਕਹੀ ਪਹਿਲਾਂ ਕਿਸੇ ਹੋਰ ਮੁਲਕ ਸੀ ਹੁਣ ਛੱਡ ਕੇ ਆਸਟ੍ਰੇਲੀਆ ਆ ਗਏ ਆਸਟ੍ਰੇਲੀਆ ਛੱਡ ਕੇ ਅੱਗੇ ਕਹਿੰਦੇ ਕਨੇਡਾ ਜਾਣਾ ਕਨੇਡਾ ਦਾ ਕਹਿੰਦਾ ਮੈਂ ਅਮਰੀਕਾ ਜਾਣਾ ਅਮਰੀਕਾ ਦਾ ਕਹਿੰਦਾ ਮੈਂ ਇੰਗਲੈਂਡ ਜਾਣਾ ਕਿਤੇ ਸੁੱਖ ਨਹੀਂ ਦੇਖਿਆ ਮੈਂ
ਮੈਂ ਪੁੱਛਿਆ ਅੱਜ ਭਰੇ ਭਰੇ ਦੀਵਾਨਾ ਚ ਤੁਸੀਂ ਆਸਟ੍ਰੇਲੀਆ ਆ ਗਏ ਹੋ, ਤੁਸੀਂ ਕੈਨੇਡਾ ਆ ਗਏ ਹੋ, ਤੁਸੀਂ ਅਮਰੀਕਾ ਆ ਗਏ ਹੋ, ਤੁਸੀਂ ਇੰਗਲੈਂਡ ਆ ਗਏ ਹੋ, ਕੀ ਸੁਖੀ ਹੋ ਗਏ ਹੋ ਆ ਕੇ? ਛਾਤੀ ਧਰ ਧਰ ਕੇ ਦੱਸੋ ਤੁਸੀਂ ਸੁਖੀ ਹੋ ਗਏ? ਤੁਸੀਂ ਦੇਖ ਲਓ ਸੁਖੀ ਹੋ ਗਏ ਹੋ ਆਸਟ੍ਰੇਲੀਆ ਆ ਕੇ? ਜੇ ਨਹੀਂ ਹੋਏ ਤਾਂ ਫਿਰ ਸੁੱਖ ਤਾਂ ਕਿਤੇ ਹੋਰ ਹੈ। ਕਾਰੋਬਾਰ ਛੋਟਾ ਹੋਵੇ ਪਰ ਗੁਰੂ ਦੀ ਮਾਧਮ ਸਾਰ ਹੋਵੇ। ਦੁਕਾਨ ਛੋਟੀ ਹੋਵੇ ਕੋਈ ਗੱਲ ਨੀ, ਪਰ ਗੁਰੂ ਦੀ ਮਾਧਮ ਸਾਰ ਹੋਵੇ। ਅੱਜ ਦੇ ਸਮੇਂ ਚ ਰੱਖਣੀ ਬੜੀ ਔਖੀ ਆ। ਰਵਿਦਾਸ ਤੁਵੰਤਾ ਢੋਰ ਮੀਤ, ਰਵਿਦਾਸ ਤੁਵੰਤਾ ਕਾਰੋਬਾਰ ਕੀ ਹੈ? ਮਰੇ ਹੋਏ ਡੰਗਰਾਂ ਦੀ ਖੱਲ ਲਾਉਂਦਾ ਹੈ ਕਾਰੋਬਾਰ ਹੈ ਉਹਦਾ। ਕਿਰਤ ਹੈ ਉਹ, ਸੱਚੀ ਕਿਰਤ ਹੈ। ਮਾਰਦਾ ਨੀ ਖਲ ਲਾ ਹੁੰਦੀ, ਨਹੀਂ ਮਾਰਦਾ ਦੂਜਿਆਂ ਨੂੰ, ਆਪ ਹੀ ਮਾਰ ਕੇ ਵੱਟੇ ਮਾਰ ਕੇ ਖਲ ਲਾ ਲੈਂਦਾ, ਨਹੀਂ ਮਾਰ ਗਿਆ ਨੈਚੁਰਲ, ਉਹਦੀ ਖਲ ਲਾ ਦਿੰਦਾ, ਲਾ ਕੇ ਸੁਕਾ ਕੇ ਅਤੇ ਜੁੱਤੀਆਂ ਬਣਾ ਕੇ ਲੋਕਾਂ ਨੂੰ ਵੇਚਦਾ। ਅੱਜ ਉਹ ਜੁੱਤੀਆਂ ਬਣਾ ਕੇ ਵੇਚਣ ਵਾਲਾ ਗੁਰੂ ਗ੍ਰੰਥ ਸਾਹਿਬ ਬੈਠਾ, ਸਾਰੀ ਦੁਨੀਆਂ ਨੂੰ ਮੱਥਾ ਟੇਕਦੀ। ਸਾਡੇ ਵੱਡੇ ਵੱਡੇ ਕਾਰੋਬਾਰ ਵਾਲਿਆਂ ਨੂੰ ਕੋਈ ਪੁੱਛਦਾ ਕਿਉਂ ਗੁਰਮਤਿ ਉਸਾਰਨੇ ਚਾਹੀਦੇ? ਪਾਪਾਂ ਮੱਝ ਹੋਵੇ ਨਾ ਹੀ ਮੋਇਆ ਸਾਫ ਨਾ ਜਾਏ, ਮਰਿਆਂ ਦੇ ਨਾਲ ਨਹੀਂ ਜਾਣੀ, ਦੂਜੇ ਦੀ ਜੇਬ ਕੱਟੇ ਬਗੈਰ ਸਾਡੀ ਜੇਬ ਵਿੱਚ ਨਹੀਂ ਆਉਣੀ। ਸਿੱਖੀ ਲੈਣੀ ਹੈ ਅਤੇ ਬਸ ਰੋਟੀ ਪਾਣੀ ਮਿਲਣਾ ਹੈ। ਦੋ ਸਿਰ ਮਾਂਗੂ ਚੂਨਾ ਪਾਓ ਕਿ ਸੰਗ ਲੂਣਾ, ਅੱਠ ਸਿਰ ਮਾਂਗੂ ਗਾਲੇ ਮੱਕੋ ਦੋਨੋਂ ਵਕਤ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਠੇ ਮੰਡੋ ਮਾਰੀਆਂ ਪਾਸੋਂ ਚਿੱਤਵੀਆਂ, ਟੱਠੀਆਂ ਕੰਮ ਨਹੀਂ ਆਵਣੀ ਵਿੱਚੋਂ ਸੱਖਣੀ। ਅੰਦਰ ਕੋਈ ਰਹਿੰਦਾ ਹੀ ਨਹੀਂ, ਬਾਹਰ ਜਿੰਨੀ ਮਰਜ਼ੀ ਚਿੱਤਰਕਾਰੀ ਕੀਤੀ ਹੋਵੇ, ਅੰਦਰ ਕੋਈ ਹੈ ਨਹੀਂ, ਰੋਟੀ ਕੌਣ ਦੇਗਾ? ਕੋਈ ਪ੍ਰਾਹੁਣਾ ਆ ਗਿਆ ਤਾਂ ਰੋਟੀ ਕੌਣ ਦੇਗਾ? ਖਾਲੀ ਹੈ ਘਰ। ਸਿੱਖ ਬਾਰੋਂ ਬੜਾ ਸਜਾਇਆ ਗਿਆ ਵਜਾ ਹੋਵੇ, ਬੜੇ ਦੁਮਾਲੇ ਸ਼ਮਾਲੇ, ਬੜੇ ਚੋਲੇ ਚਾਲੇ, ਬੜਾ ਕੁਛ ਕੀਤਾ ਹੋਵੇ ਸ਼ਿੰਗਾਰ, ਪਰ ਅੰਦਰ ਹੈ ਹੀ ਕੱਖ ਨਹੀਂ। ਕੀ ਦੇਗਾ ਕਿਸੇ ਨੂੰ ਸੁੱਖ? ਅੰਦਰ ਖਾਲੀ। ਬੜਾ ਵੱਡਾ ਰੁੱਖ ਹੈ ਤੇ ਦੂਰੋਂ 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 ਪੰਛੀ ਦੇਖ ਕੇ ਉਹਦੇ ਫੁੱਲ ਤੇ ਭੱਜ ਕੇ ਆ ਜਾਂਦੇ ਨੇ, ਪਰ ਜਦੋਂ ਕੋਲ ਆਉਂਦੇ ਨੇ ਤੇ ਉੱਥੇ ਫਲ ਫਿੱਕੇ ਫੁੱਲ ਬਸ ਬੱਕਰੀ ਕੰਮ ਨਾਮੇ ਪਾ। ਲੋਕ ਦੂਰੋਂ ਭੱਜੇ ਭੱਜੇ ਦੇਖ ਕੇ ਆਉਂਦੇ ਨੇ, ਸੱਜਣ ਇੱਥੇ ਸੱਜਣ ਬੈਠਾ ਆ, ਇੱਥੇ ਸਿੱਖ ਬੈਠਾ ਆ, ਇਹਦੇ ਕੋਲ ਕੁਛ ਮਿਲੇਗਾ ਤੇ ਤੂੰ ਤੇ ਮਾਰ ਕੇ ਉਹਨਾਂ ਨੂੰ ਕੁਝ ਸੁਣਦੇ ਨੇ ਕਿਹੜੇ ਕੰਮ ਦੇ ਤੇਰਾ ਜੀਵਨ। ਮੈਂ ਨਿਊਜ਼ੀਲੈਂਡ ਗਿਆ ਸੀ, ਪੱਥੀ ਮੈਨੂੰ ਦੱਸਦੇ ਸੀ ਬੱਚੇ ਕਦੇ ਪੜ੍ਹਨ ਆਏ ਨੇ, ਕਹਿੰਦੇ ਸਾਨੂੰ ਗੁਰਦੁਆਰੇ ਰੋਟੀ ਵੀ ਖਾਣੀ ਹੁੰਦੀ, ਕਹਿੰਦੇ ਤੁਸੀਂ ਗੁਰਦੁਆਰੇ ਰੋਜ਼ ਰੋਟੀ ਖਾਣਾ ਨਹੀਂ, ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਰੋਟੀ ਨਹੀਂ ਖਾਣੀ ਦੇ ਰਹੇ। ਕਿਵੇਂ ਸਿੱਖੀ ਫੈਲੇਗੀ? ਉਹ ਬੱਚੇ ਸਿੱਖ ਬਣਨਗੇ ਕਿ ਬੱਚੇ ਸਿੱਖੀ ਛੱਡ ਕੇ ਮੋਢੇ ਹੋ ਜਾਣਗੇ? ਤਾਂ ਤੁਸੀਂ ਗੁਰਦੁਆਰੇ ਆਇਆ, ਉਹਨਾਂ ਨੂੰ ਸਾਂਭਣਾ ਹੀ ਨਹੀਂ, ਰੋਟੀ ਨਹੀਂ ਦੇਣੀ ਉਹਨਾਂ ਨੂੰ, ਆਪਣੇ ਸਮਝਣਾ ਹੀ ਨਹੀਂ, ਪਿਆਰ ਹੀ ਨਹੀਂ ਕਰਨਾ ਉਹਨਾਂ ਨੂੰ, ਲੋੜਵੰਦ ਸਮਝ ਕੇ ਰੋਟੀ ਨਹੀਂ ਦੇਣੀ, ਅਤੇ ਕੱਲ੍ਹ ਨੂੰ ਕੀ ਬਣਨਗੇ? ਅੱਜ ਤੁਸੀਂ ਜੋੜਨਾ ਨਾਲ ਸ਼ੁਰੂ ਕੀਤਾ, ਕੱਲ੍ਹ ਨੂੰ ਜਦੋਂ ਉਹਨਾਂ ਦੀ ਵਾਰੀ ਆਏਗੀ ਗੁਰਦੁਆਰੇ, ਉਹ ਵੀ ਅੱਗੇ ਉਹੀ ਸ਼ੁਰੂ ਕਰਨਗੇ। ਜੋੜਨਾ ਨਾਲ ਸ਼ੁਰੂ ਹੋਇਆ ਉਹੀ ਨਾ ਉਹ ਕਰ ਕੀ ਬੀਜ ਬੀਜ ਰਹੇ ਸੀ। ਆਪਣੇ ਇੱਥੇ ਕਿਸੇ ਨੇ ਵੈਨ ਚੜਾਈ ਸੀ ਗੁਰੂ ਗ੍ਰੰਥ ਸਾਹਿਬ ਲਈ, ਤੇ ਉਹਦਾ ਕੰਮ ਵੀ ਇਹੋ ਸੀ, ਬੱਚਿਆਂ ਕੋਲ 50,000 ਡਾਲਰ ਲੈਣਾ। ਗੁਰੂ ਗ੍ਰੰਥ ਸਾਹਿਬ ਨੂੰ ਕਾਰ ਚਲਾ ਜਾਓ, ਛੋਟਾ ਚਲਾ ਕਿਤੇ
ਤੋ ਉਹਨਾਂ ਨੂੰ ਛੱਡ ਦਿਓ ਗਰੀਬ ਪਤਾ ਨਹੀਂ ਕਿਵੇਂ ਉੱਥੋਂ ਪਿੱਛੋਂ ਮਾਂ ਪਿਓ ਨੇ ਕਿਵੇਂ ਜ਼ਮੀਨ ਵੇਚ ਕੇ ਪਤਾ ਨਹੀਂ ਕੀ ਪਾਪੜ ਵੇਲ ਕੇ ਕਿੱਦਾਂ ਉਹਨਾਂ ਨੇ ਪੈਸੇ ਦਿੱਤੇ ਹੋਣਗੇ ਕੌਣ ਸਮਝਾਏ ਕੌਣ ਸਮਝੇ ਹਾਂ ਪਰ ਉਹੀ ਲੀਡਰ ਉਹੀ ਸਾਹਮਣੇ ਜਿਹਦੇ ਕੋਲ ਜ਼ਿਆਦਾ ਪੈਸੇ ਉਹਨੇ ਲੀਡਰ ਬਣਨਾ ਉਹਨਾਂ ਨੂੰ ਸਰੋਪੇ ਫਿਰ ਜਿਹੜੇ ਬੱਚੇ ਦੇਖਦੇ ਨੇ ਅੱਜ ਉਹਨਾਂ ਨੇ ਕੱਲ੍ਹ ਉਹੀ ਕੰਮ ਕਰਨੇ ਸਾਰਾ ਤਾਣਾ ਪਾਉਣਾ ਉਲਝਿਆ ਹੋਇਆ ਸੰਤਨ ਕਾ ਦਾਣਾ ਰੁੱਖਾ ਸੋ ਸਰਬ ਨਿਧਾਨ ਸੰਤਨ ਕਾ ਦਾਣਾ ਰੁੱਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ 36 ਪ੍ਰਕਾਰ ਗ੍ਰਹਿ ਸਾਕਤ ਤੇ ਬਿਖੂ ਸਮਾਨ ਗੁਰਸਿੱਖ ਦੇ ਘਰ ਦੀ ਰੁੱਖੀ ਰੋਟੀ 36 ਪ੍ਰਕਾਰ ਦਾ ਭੋਜਨ ਹੈ ਸਾਕਤ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਦੀ ਲਹਿਰ ਸਮਾਨ ਹੈ ਗੁਰੂ ਨਾਨਕ ਸਾਹਿਬ ਕਹਿ ਰਹੇ ਸਾਡੀ ਰੋਟੀ ਵਿੱਚ ਰਸ ਹੋਵੇ ਭਾਵੇਂ ਸੁੱਕੀ ਕਿਉਂ ਨਾ ਹੋਵੇ ਉਹ ਕੁਦਰਤ ਕਿਉਂ ਨਾ ਹੋਵੇ ਉਹਦੇ 'ਚ ਪ੍ਰੇਮ ਹੋਵੇ ਵੈਰਾਗ ਹੋਵੇ ਉਹਦੇ 'ਚ ਭਰਿਆ ਹੋਵੇ ਕੁੱਟ ਕੁੱਟ ਕੇ ਵਾਹਿਗੁਰੂ ਵਾਹਿਗੁਰੂ ਮੇਰਾ ਛੱਤੀ ਉਹਦਾ ਜੀਵਨ ਬਦਲ ਜਾ ਸਕਤ ਦੇ ਹੱਥੋਂ 36 ਪ੍ਰਕਾਰ ਦੇ ਭੋਜਨ ਖਾਧੇ ਵੀ ਰੱਬ ਨਾਲ ਤੋੜ ਦਿੰਦੇ ਨੇ ਸੰਤ ਦੇ ਘਰ ਦਾ ਰੁੱਖਾ ਸੁੱਖਾ ਖਾਧਾ ਵੀ ਰੱਬ ਨਾਲ ਜੋੜ ਦਿੰਦੇ ਜਿਹਨਾਂ ਨੇ ਰੱਬ ਨੂੰ ਮਿਲੇ ਜੋ ਉਹਨਾਂ ਕੋਲੋਂ ਪੁੱਛੀਏ ਤੇ ਉਹ ਕਹਿੰਦੇ ਨੇ ਰੁੱਖੀ ਰੋਟੀ ਖਾ ਕੇ ਰੁੱਖੀ ਸੁੱਖੀ ਖਾ ਕੇ ਪੜ੍ਹ ਲਿਆ ਅੱਜ ਕਿਤੇ ਰੱਬ ਨੇ ਕਹਿ ਤਾ ਰੁੱਖੀ ਸੁੱਖੀ ਖਾਣ ਦਾ ਕਿਹੋ ਜਿਹਾ ਸਬੱਬ ਬਣਾ ਤਾ ਫਿਰ ਰੱਬ ਨੂੰ ਗਾਲਾਂ ਕੱਢਣੀਆਂ ਨੇ ਰੱਬ ਨੇ ਮੈਨੂੰ ਕੀ ਦਿੱਤਾ ਰਵਿਦਾਸਵਾਨ ਕਿਰਤ ਕਰਨੀ ਪੈਣੀ ਸੱਚੀ ਤੇ ਸੁੱਚੀ ਕਿਰਤ ਕਰਨੀ ਪੈਣੀ ਕਿਰਤ ਸੁੱਚੀ ਨਾ ਹੋਈ ਕੋਈ ਵੀ ਵਿੱਚ ਹੇਰਾ ਫੇਰੀ ਆ ਗਈ ਇੱਕ ਪੈਸਾ ਵੀ ਆ ਗਿਆ ਸਾਰੀ ਕਮਾਈ ਮਿਸਟ ਕਰ ਦੇ ਇੱਕ ਪੈਸਾ ਵੀ ਸਾਡੀ ਕਿਰਤ ਵਿੱਚ ਇਹੋ ਜਿਹਾ ਆ ਗਿਆ ਜਿਹੜਾ ਸੁੱਚੀ ਸੁੱਚੀ ਕਿਰਤ ਦਾ ਨਹੀਂ ਸਾਰੀ ਕੀਤੀ ਕਮਾਈ ਨਸ਼ਟ ਕਰਕੇ ਫਿਰ ਮਹਾਰਾਜ ਨੇ ਆਖਰੀ ਬੰਦ ਪੜਿਆ ਅੰਦਰੇ ਭਾਰ ਉਠਾਇਆ ਡੂੰਗਰ ਵਾਟ ਬਹੁਤ ਅੱਖੀ ਲੋੜਾਂ ਨਾਲ ਹਾਂ ਮੈਂ ਝੜ ਲੰਘਾ ਕਿਰਤ ਸੱਜਣਾ ਅਗਿਆਨੀ ਮਨੁੱਖ ਨੇ ਪਾਪਾਂ ਦਾ ਪਾਂਡ ਭਾਰ ਚੁੱਕੀ ਹੋਈ ਹੈ ਸਿਰ ਤੇ ਜਿਹੜਾ ਰਸਤਾ ਆ ਉਹ ਤੇ ਬੜਾ ਔਖਾ ਹੈ ਬੜਾ ਲੰਬਾ ਹੈ ਡੂੰਗਰ ਵਾਟ ਬਹੁਤ ਗਿਆਨ ਦੀ ਅੱਖਾਂ ਹੈ ਨਹੀਂ ਤੇ ਕਿਵੇਂ ਲੰਘੇਗਾ ਪੈਸੇ ਮੰਤਰੇਗਾ ਕਿਵੇਂ ਲੰਘੇ ਇਤਨੀਆਂ ਸਿਆਣਪਾਂ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਰਤ ਇਤਨੇ ਕਿਸੇ ਕੰਮ ਨਹੀਂ ਆਉਣੀਆਂ ਤੇ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ ਰੱਬ ਦੇ ਸਮਾਲ ਮੈਨੂੰ ਹੁੰਦਾ ਯਾਦ ਕਰਨੀ ਤੂੰ ਰੱਬ ਨੂੰ ਯਾਦ ਕਰ ਜਿਹੜਾ ਬਚਿਆ ਹੋਇਆ ਫਿਰ ਛੁੱਟ ਜਾਏਗਾ ਇੱਕੋ ਹੀ ਸ਼ਬਦ ਸੁਣਾਇਆ ਅੰਦਰ ਦੀ ਪਾਪ ਉਗੜ ਗਏ ਅੰਦਰ ਦੀ ਕੋਲ ਖੁੱਲ ਗਈ ਢਹਿ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪੈ ਗਏ ਵਾਹਿਗੁਰੂ ਮਹਾਰਾਜ ਨੇ ਕਿਹਾ ਭਾਈ ਜਿੰਨਾ ਧਨ ਜੋੜਿਆ ਹੀ ਨਾ ਹੁਣ ਤੱਕ ਇਹ ਸਾਰਾ ਲੁਟਾ ਦੇ ਗੁਰੂ ਮਾਨ ਜਿਨ੍ਹਾਂ ਜਿਨ੍ਹਾਂ ਦਾ ਲੁਟਿਆ ਜੇ ਪਤਾ ਹੀ ਤਾਂ ਉਹਨਾਂ ਦੇ ਘਰ ਪਹੁੰਚਾ ਦੇ ਜੇ ਨਹੀਂ ਪਤਾ ਤਾਂ ਗਰੀਬਾਂ ਨੂੰ ਲੁਟਾ ਦੇ ਅੱਜ ਤੋਂ ਬਾਅਦ ਕਿਰਤ ਕਰਕੇ ਖਾ ਕਿਰਤ ਕਰਕੇ ਖਾ ਕਿਰਤੀਆਂ ਦਾ ਧਰਮ ਹੈ ਭਗਵਾਨ ਉਹਨਾਂ ਦਾ ਧਰਮ ਹੈ ਘਾਲ ਖਾਏ ਤੇ ਸ਼ਰਧੂ ਦੇ ਨਾਮ ਕਰਾ ਇਹ ਵੱਖਰੀ ਗੱਲ ਹੈ ਵੀ ਅੱਜ ਵੀ ਇੱਥੇ ਸਾਡੀ ਕੌਮ ਵਿੱਚ ਜੇ ਅਸੀਂ ਕਹਿੰਦੇ ਹਾਂ ਤਾਂ ਗੁੱਸਾ ਲੱਗਦਾ ਉਹਨਾਂ ਨੂੰ ਤਾਂ ਗੁੱਸਾ ਲੱਗਣਾ ਹੀ ਆ ਵਿਹਲਾ ਨੇ ਦੱਬ ਲਿਆ ਵਿਹਲੜੇ ਬਾਬਣ ਆਪ ਕੁਛ ਨਹੀਂ ਕਰਨਾ ਦੂਜਿਆਂ ਦੀ ਕਮਾਈ ਦੀਆਂ ਗੱਡੀਆਂ ਚੁੱਕਣੀਆਂ ਫਿਰ ਨਾਲੇ ਮੱਥੇ ਟਿਕਾਉਣੇ ਕਾਰਨ ਕੀ ਹੈ ਸਾਡੀ ਅਗਿਆਨਤਾ ਇਹ ਸਾਰਾ ਕੁਛ ਕਿਉਂ ਹੋਇਆ ਅਸੀਂ ਅਗਿਆਨੀ ਹਾਂ ਮੈਂ ਬ੍ਰਹਮ ਗਿਆਨੀ ਕਿਉਂ ਹਾਂ ਤੁਸੀਂ ਅਗਿਆਨੀ ਹੋ ਜੇ ਤੁਹਾਨੂੰ ਗਿਆਨ ਹੋ ਜਾਵੇ ਤੁਹਾਨੂੰ ਮੇਰਾ ਝੱਟ ਪਤਾ ਲੱਗ ਜਾਣਾ ਕੌਣ ਤੇ ਗੁਰੂ ਨੇ ਸਿੱਖਾਂ ਨੂੰ ਗਿਆਨੀ ਬਣਾਇਆ ਸੀ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਜਿਹੜਾ ਗਿਆਨੀ ਹੁੰਦਾ ਨਾ ਉਹ ਚੇਤਨ ਹੁੰਦਾ ਤੇ ਜਿਹੜਾ ਅਗਿਆਨੀ ਹੁੰਦਾ ਉਹ ਕੋਈ ਕਹਿੰਦੇ ਬਹੁਤ ਫਲਾਣੇ ਬਾਬੇ ਨਾਲ ਕਲਾਮਾਤ ਕਿਤੇ ਹਾਨੀ ਹਾਨੀ ਕੀਤੀ ਹੁੰਦੀ ਜਿਹੜਾ ਗਿਆਨੀ ਹੁੰਦਾ ਉਹ ਫਟ ਮਗਰ ਲੱਗ ਜਾਂਦਾ ਜਿਹੜਾ ਗਿਆਨੀ ਹੁੰਦਾ ਉਹ
ਆਪਣੀ ਵਿਚਾਰ ਦੀ ਕਸੌਟੀ ਤੇ ਪਰਖ ਕੇ ਵੇਖਦਾ ਵੀ ਇਹ ਗੱਲ ਵਿਚਾਰ ਦੀ ਕਸੌਟੀ ਤੇ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ, ਜੇ ਹੁੰਦੀ ਹੈ ਤੇ ਮੰਨ ਲਵੇ, ਜੇ ਨਹੀਂ ਹੁੰਦੀ ਛੱਡ ਦਿੰਦਾ ਉੱਥੇ ਝੂਠ ਹੈ। ਮੈਂ ਸੁਣਾਉਣਾ ਮੈਂ ਗੱਲ, ਮੈਂ ਤੁਹਾਨੂੰ ਕਹਿਣਾ, ਮੈਂ ਇੱਕ ਇੱਲ ਦੇਖੀ, ਉਹਨੇ ਹਾਥੀ ਚੋਂ ਪਾਇਆ ਤੇ ਸਮਾਨ ਤੇ ਉੱਠਦੀ ਪੈਂਦੀ ਸੀ। ਜੇ ਤਾਂ ਤੁਸੀਂ ਗਿਆਨੀ ਹੋ ਤੁਸੀਂ ਕਹੋਗੇ ਝੂਠ ਬੋਲਦਾ, ਇੱਕ ਇੱਲ ਹਾਥੀ ਨੂੰ ਲੈ ਕੇ ਕਿਵੇਂ ਉੱਠ ਸਕਦੀ ਹੈ? ਤੇ ਜੇ ਤੁਸੀਂ ਤੁਹਾਡੀ ਇੰਨੀ ਸ਼ਰਧਾ ਹੈ ਬਾਬਾ ਜੀ ਤੇ, ਫਿਰ ਤੁਸੀਂ ਕਹੋਗੇ ਹਾਂ ਬਾਬਾ ਜੀ ਨੇ ਵੇਖੀ ਹੋਣੀ ਹੈ, ਸਾਥੀ ਕਹਿੰਦੇ ਨੇ। ਸਾਡੀ ਕੌਮ ਇੱਥੇ ਖੜੀ ਹੈ, ਬਾਬਾ ਜੀ ਨੇ ਕੀਤਾ ਹੀ ਹੋਣਾ, ਸਾਥੀ ਹੈ। ਤੁਸੀਂ ਆਪ ਗਿਆਨੀ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ, ਇੱਕ ਇੱਕ ਪੰਨਾ, ਅੱਧੀ ਅੱਧੀ ਪੰਕਤੀ ਕਰਕੇ ਉਹਨੂੰ ਵਿਚਾਰੋ, ਫਿਰ ਉਸ ਵਿਚਾਰ ਨੂੰ ਆਪਣੇ ਤੇ ਕਟਾਓ ਕਿ ਇਹ ਮੇਰੇ ਤੇ ਢੁਕਦੀ, ਕਿ ਇਹੀ ਸੱਜਣ ਵਾਲੀ ਸਾਖੀ ਜਿਹੜੀ ਸੁਣਾਈ ਹੈ ਮੇਰੇ ਤੇ ਢੁਕਦੀ, ਕੁਛ ਐਸਾ ਪੈਸਾ ਮੇਰੀ ਕਮਾਈ 'ਚ ਤੇ ਨਹੀਂ ਆ ਗਿਆ ਕਿ ਗੁਰੂ ਨਾਨਕ ਸਾਹਿਬ ਮੈਨੂੰ ਵੀ ਕਹਿਣ ਵੀ ਸੱਜਣਾ ਸੱਜਣ ਬਣ, ਕਹਿਣਗੇ ਨਾ ਗੁਰੂ ਨਾਨਕ ਸਾਹਿਬ ਹੁਣ ਮੇਰੇ ਕੋਲ ਆ ਜਾਂਦੇ ਨੇ ਆ ਕੇ, ਤੇ ਮੈਨੂੰ ਵੀ ਕਹਿਣਗੇ ਨਾ ਸੁਰਜੀਤ ਸਿੰਘ ਜੀ ਆਪਣੀ ਜੇਬ ਵੱਲ ਤੇ ਧਿਆਨ ਮਾਰ ਕਿਤੇ ਕਿਤੇ ਪੈਸੇ ਲੈ ਕੇ ਜੇਬ 'ਚ ਪਾ ਲੈ ਜੀ। ਵਾਹਿਗੁਰੂ 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 ਵਾਹਿਗੁਰੂ। ਗੁਰਦੁਆਰੇ ਵਾਲੇ ਨੂੰ ਪੁੱਛਣਗੇ ਨਾ ਕਿਤੇ ਕਿਤੇ ਪੈਸੇ ਪਵਾ ਲਏ ਸੀ, ਇੱਕ ਇੱਕ ਪੈਸੇ ਦਾ ਹਿਸਾਬ ਦੇਣਾ ਪੈਣਾ, ਹਰ ਇੱਕ ਨੂੰ ਦੇਣਾ ਪੈਣਾ। ਦਰਗਾਹ ਲੇਖਾ ਮੰਗੀ ਰੱਤੀਓ ਮਾਸਾ ਤੋਰ ਕਢਾਉਣੇ, ਉੱਥੇ ਰੱਤੀਆਂ ਮਾਸਿਆਂ 'ਚ ਤੋਰਨਾ ਵਾ ਸਾਰਿਆਂ ਦਾ, ਸਾਰਿਆਂ ਦਾ ਲੇਖਾ ਹੋਣਾ, ਸਭਨਾ ਕਾ ਦਰ ਲੇਖਾ ਹੋਈ ਹੈ ਲਿਖਿਆ ਪਾਣੀ 'ਚ, ਸਾਰਿਆਂ ਦਾ ਇਕੱਲੇ ਇਕੱਲੇ ਦਾ ਦਰ ਲੇਖਾ ਹੋਈ ਹੈ। ਇੱਥੋਂ ਤੱਕ ਲਿਖ ਦਿੱਤਾ ਭਗਤ ਰਵਿਦਾਸ ਜੀ ਨੇ, ਵਾਹਿਗੁਰੂ ਭਗਤ ਰਵਿਦਾਸ ਜੀ ਨੇ ਲਿਖਿਆ ਆ, ਤੁਸੀਂ ਪੜ੍ਹਿਆ ਹੋਣਾ ਕਈਆਂ ਨੇ ਜਿਹਨਾਂ ਸਾਹਿਬ ਪਾਠ ਕੀਤਾ, ਕਹਿ ਰਵਿਦਾਸ ਭੈਰਾ ਜਬ ਲੇਖਾ ਜੋ ਜੋ ਕੀਨੋ ਸੋਈ ਸੋਈ ਪੇਖਾ। ਜਦੋਂ ਲੇਖਾ ਹੋਇਆ ਤਾਂ ਉਹਨਾਂ ਨੇ ਸਾਡੀ ਫਿਲਮ ਬਣਾਈ ਸੀ, ਉਹਨਾਂ ਨੇ ਸਾਹਮਣੇ ਸਕਰੀਨ 'ਤੇ ਫਿਲਮ ਲਾ ਦਿੱਤੀ, ਆਹ ਦੇਖ ਲੈ ਤੇਰੀ ਫਿਲਮ ਚੱਲਦੀ ਪਈ, ਮੁੱਕਰ ਨਹੀਂ ਸਕਦੀ, ਸਾਰਿਆਂ ਦੀ ਸਾਡੀ ਫਿਲਮ ਬਣ ਰਹੀ। ਤਾਂ ਲਿਖਿਆ ਹਿਰਦਾ ਜਿੰਨੀ ਕਮੀ ਨਾ ਹੋਣ ਤੇ ਕਮੜੇ ਨਿਸਾਰ ਮੱਛਰ ਮਿੰਦਾ ਚੀਵੀ ਸਾਰੀ। ਜਦੋਂ ਉੱਥੇ ਫਿਲਮ ਚੱਲਦੀ ਹੋਈ ਤਾਂ ਸਾਹਮਣੇ ਵਿਖਾਇਆ ਕਿ ਫਿਰ ਸ਼ਰਮਿੰਦਾ ਹੋਣਾ ਪੈਣਾ ਨਾ, ਪਰ ਇਹ ਤਾਂ ਹੋਏਗਾ ਜੇ ਇਹ ਬੋਲ ਸਾਡੇ ਅੰਦਰ ਚਲੇ ਜਾਣਗੇ, ਮੱਛਰ ਮਿੰਦਾ ਥੀ ਬਈ ਸਾਂਝ, ਇਹ ਬੋਲ ਅੰਦਰ ਚਲੇ ਜਾਣ ਤੇ ਮੈਂ ਕੋਈ ਕੰਮ ਕਰਨ ਲੱਗਿਆ ਤੇ ਮੈਨੂੰ ਸਮਝ ਆ ਜੇ ਮੱਛਰ ਮਿੰਦਾ ਥੀ ਬਈ ਸਾਈਂ ਦੇ ਦਰਬਾਰ, ਇਹ ਕੰਮ ਨਾ ਕਰੀ ਹੱਥ ਨੂੰ ਨਾ ਹੀ ਕੁਸੰਬੜੇ ਜਲਦਾ ਸੀ ਢੋਲਾ, ਇਹ ਕੰਮ ਨਾ ਕਰੀ ਸਾਈਂ ਦੀ ਦਰਬਾਰ ਸ਼ਰਮਿੰਦਾ ਹੋਣਾ ਪੈਣਾ ਹੀ, ਜੇ ਇਹ ਬੋਲ ਯਾਦ ਨਹੀਂ ਕੁਛ ਨਹੀਂ ਹੋਣਾ, ਫਿਰ ਤੂੰ ਕੰਮ ਕਰ ਲੈਣਾ ਤੇ ਉੱਥੇ ਜਾ ਕੇ ਸ਼ਰਮਿੰਦਾ ਹੋਣਾ ਹੀ ਪੈਣਾ, ਅਸੀਂ ਫਿਰ ਕੰਮ ਕਰ ਲੈਣਾ। ਸਾਨੂੰ ਬਾਬੇ ਦੀ ਬਾਣੀ ਸਾਡੀ ਅਗਵਾਈ ਕਰਦੀ ਹੈ, ਵਾਹਿਗੁਰੂ ਪਰਮੇਸ਼ਰ ਦੇ ਦਰ ਨੂੰ ਜਾਣ ਲਈ ਇਹ ਰਸਤਾ ਹੈ, ਸਾਡੀ ਅਗਵਾਈ ਕਰਦੀ, ਗੁਰੂ ਨਾਨਕ ਸਾਹਿਬ ਦੇ ਬੋਲ ਸਾਡੀ ਅਗਵਾਈ ਕਰਦੇ ਨੇ, ਸਾਨੂੰ ਹਰ ਦਰ ਤੱਕ ਲੈ ਜਾਣਗੇ, ਪਰਮੇਸ਼ਰ ਦੀ ਦਰਗਾਹ ਤੱਕ ਲੈ ਜਾਣਗੇ ਜੇ ਇਹ ਬੋਲ ਸਾਡੇ ਕਰਮਾਂ ਚ ਆ ਜਾਣ। ਵਾਹਿਗੁਰੂ ਕਿਰਤ ਕਰੂੰਗੇ ਜਿੱਥੇ ਸ਼ੁਰੂ ਕੀਤਾ ਸੀ, ਕਿਰਤ ਕਰੂੰਗੇ ਸੱਜਣ ਦਾ ਕੀ ਠੀਕ ਕਰਾਇਆ, ਕਿਰਤ ਠੀਕ ਕਰਾਈ, ਦੂਜਾ ਕਰਮ ਠੀਕ ਕਰਾਇਆ, ਜਿਹੜੇ ਬੰਦੇ ਮਾਰ ਕੇ ਵੱਢ ਕੇ ਖਾ ਜਾਂਦਾ ਸੀ, ਕਰਮ ਠੀਕ ਕਰਾਇਆ, ਕਿਰਤ ਜਿਹੜੀ ਉਹਨਾਂ ਦੇ ਪੈਸੇ ਲੁੱਟ ਕੇ ਖਾਂਦਾ ਸੀ ਉਹਦੀ ਕਿਰਤ ਸੱਚੀ ਕਰਾਈ। ਕਹਿੰਦੇ ਉਹਨੂੰ ਦਸ ਨੌਂ ਦਿੱਤੇ ਹੱਥ ਪੈਰ, ਦਸਾਂ ਨੌਵਾਂ ਦੀ, ਦਸਾਂ ਨੌਵਾਂ ਦੀ ਭਾਵ ਹੈ ਦਸ ਨੌਂ ਨੇ, ਪੰਜ ਤੇ ਪੰਜ ਦਸ, ਪਾਓ ਹੱਥੀ ਕਿਰਤ ਕਰ, ਦਸਾਂ ਨੌਵਾਂ ਦੀ ਕਿਰਤ ਕਰਕੇ ਖਾਂਦਾ ਜੀ ਆ ਬੰਦਾ, ਬੜਾ ਮਿਹਨਤੀ ਹੈ, ਬੜਾ ਚੰਗਾ ਹੈ। ਤੂੰ ਸਾਨੂੰ ਕਿਹਾ ਮੰਨ ਰਹੇ ਨੇ ਦਸਾਂ ਨੌਵਾਂ ਦੀ ਕਿਰਤ ਕਰਨੀ ਹੈ ਅਤੇ ਵਿੱਚੋਂ ਦਸਵਾਂ ਹਿੱਸਾ ਵੰਡ ਦੇਣਾ। ਬੋਲੋ ਵਾਹਿਗੁਰੂ। ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਦਰਪਣ ਟੀਕਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ, ਐਵੇਂ ਹੀ ਮਹਾਰਾਜ ਸੇਵਾ ਲਈ ਗਏ, ਉਹ ਨੌਂ ਹਿੱਸੇ ਵੰਡ ਦਿੰਦਾ ਸੀ ਅਤੇ ਇੱਕ ਹਿੱਸਾ ਘਰ ਰੱਖਦਾ ਸੀ, ਨੌਂ ਹਿੱਸੇ ਕਮਾਈ ਵੰਡ ਦਿੰਦਾ ਸੀ ਅਤੇ ਇੱਕ ਹਿੱਸਾ ਆਪਣੇ ਘਰ ਰੱਖਦਾ ਸੀ। ਅਤੇ ਸਾਨੂੰ ਤਾਂ ਸਿਰਫ ਦਸਵਾਂ ਹਿੱਸਾ ਹੀ ਕਿਹਾ ਬੋਲੀ। ਆਪਾਂ ਇਹ ਕਿਰਤ ਅਤੇ ਕਰਮ ਜੇ ਸੁੱਚਾ ਕਰ ਲਈਏ ਵਾਪਸ ਪਰਮਾਤਮਾ ਵਿੱਚ ਅਸੀਂ ਲੀਨ ਹੋ ਸਕਦੇ ਹਾਂ। ਵਾਹਿਗੁਰੂ। ਕਿਰਤ ਅਤੇ ਕਰਮ ਸੁੱਚਾ ਨਾ ਹੋਇਆ ਮੱਥੇ ਜਿੰਨੇ ਮਰਜ਼ੀ ਟੇਕ ਲਈਏ, ਦਿਮਾਗ ਜਿੰਨੇ ਮਰਜ਼ੀ ਬਣ ਲਈਏ, ਜੋ ਮਰਜ਼ੀ ਹੋਰ ਪਖੰਡ ਕਰ ਲਈਏ ਨਾ ਕਰ ਲਈਏ, ਉਹ ਸਾਰਾ ਹੀ ਭਰਮ ਰਹਿ ਜਾਏ। ਪਰਮ ਪਖੰਡ ਪਖੰਡ ਪਰਮ ਅਪਾਉ ਕਰ ਥਾਕੇ ਰਿਦੰਤਰ ਮਾਇਆ ਮਾਇਆ, ਅੰਦਰ ਤਾਂ ਮਾਇਆ ਕਈ ਚਿੰਤਨ ਚੱਲਦਾ, ਪਰਮ ਜਿੰਨੇ ਮਰਜ਼ੀ ਪਖੰਡ ਕਰ, ਅੰਦਰ ਦੀ ਗੱਲ ਹੈ ਸਾਰੀ,
ਅੰਦਰ ਦਾ ਖੇਡ ਆ, ਪਰਮਾਤਮਾ ਨੂੰ ਕਿਵੇਂ ਅੰਦਰੋਂ ਆਪਣੇ ਉੱਲਾ ਬਣਾਇਆ, ਉਹ ਲੱਭਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ, ਗੁਰੂ ਦੀ ਰਾਹੀਂ। ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਪੰਜਾਂ ਪਿਆਰਿਆਂ ਦੀ ਰਾਹੀਂ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਪੈਦਾ ਕਰਕੇ, ਪਿਤਾ ਮਾਤਾ ਭੈਣ ਭਰਾ ਵਾਲਾ ਰਾਖੇ ਵਾਲਾ ਕੋਈ ਵੀ ਸੰਬੰਧ ਉਹਦੇ ਨਾਲ ਪੈਦਾ ਕਰਕੇ, ਉਹਦੀ ਬਾਣੀ 'ਤੇ ਅਮਲ ਕਰਕੇ, ਬਾਣੀ ਅਨੁਸਾਰ ਜੀਵਨ ਬਣਾ ਕੇ। ਦੰਗ ਮਹਾਰਾਜ ਲਿਖਿਆ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਬਣੀ ਹੈ, ਭਾਵ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣਾਈ। ਪੜ੍ਹੀ ਹੈਗੀ ਤਰੀਕਾ, ਗੁਰਬਾਣੀ ਬਣੀ ਹੈ, ਭਾਵ ਗੁਰੂ ਵਰਗੇ ਬਣ ਜਾਏ, ਉਹ ਜਿਉਂਦੇ ਜੀ ਗੁਰੂ ਵਰਗੇ ਬਣ ਸਿੱਖ। ਵਾਹਿਗੁਰੂ ਵਾਹਿਗੁਰੂ ਖਾਲਸਾ ਮੇਰਾ ਰੂਪ ਹੈ, ਖਾਲਸਾ ਵੀ ਮਤਲਬ ਇਹੀ ਹੈ, ਵੀ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਵਰਗਾ ਬਣ ਜਾਣਾ। ਕਈ ਕਹਿੰਦੇ ਨੇ ਨਹੀਂ ਜੀ ਉਹ ਤਾਂ ਗੁਰੂ ਸੀ, ਆਪਾਂ ਗੁਰੂ ਵਰਗੇ ਥੋੜ੍ਹੇ ਬਣ ਸਕਦੇ ਹਾਂ। ਆਪਾਂ ਗੁਰੂ ਵਰਗੇ ਬਣਨਾ ਹੈ, ਸਿੱਖ ਗੁਰੂ ਗੁਰੂ ਸਿੱਖ ਹੈ, ਇੱਕੋ ਗੁਰ ਉਪਦੇਸ਼ ਚਲਾ, ਗੁਰੂ ਵਰਗੇ ਆਪਾਂ ਸਾਰਿਆਂ ਨੇ ਬਣਨਾ ਆ। ਗੁਰੂ ਦੇ ਗੁਣ ਸਾਡੇ 'ਚ ਆਉਣੇ ਚਾਹੀਦੇ ਨੇ, ਗੁਰੂ ਦੇ ਗੁਣ ਸਿੱਖ ਦੇ ਕਰਮਾਂ ਵਿੱਚ ਵੀ ਪ੍ਰਗਟਾਉਣੇ ਨੇ। ਅੱਜ ਕਿਸੇ ਨੇ ਤੁਸੀਂ ਜਿੰਨਾ ਮਰਜ਼ੀ ਅਸੀਂ ਰੌਲਾ ਪਾਈਏ, ਸਾਡੇ ਦਸਵੇਂ ਪਾਤਸ਼ਾਹ ਇੱਦਾਂ ਦੇ ਸੀ, ਸਾਡੇ ਗੁਰੂ ਨਾਨਕ ਸਾਹਿਬ ਇੱਦਾਂ ਦੇ ਸੀ, ਸਾਡੇ ਬਾਬਾ ਦੀਪ ਸਿੰਘ ਜੀ ਇੱਦਾਂ ਦੇ ਸੀ, ਸਾਡੇ ਬਾਬਾ ਬੁੱਢਾ ਜੀ ਇੱਦਾਂ ਦੇ ਸੀ, ਉਹ ਕਹਿੰਦੇ ਠੀਕ ਹੋਣਗੇ, ਪਰ ਤੂੰ ਤਾਂ ਇੱਦਾਂ ਦਾ ਨਹੀਂ ਹੈਗਾ ਨਾ। ਮੈਂ ਇੱਥੇ ਬਹਿ ਕੇ ਸੁਣਾਵਾਂ ਬਾਬਾ ਬੁੱਢੇ ਦੀਆਂ ਸਾਥੀਆਂ ਸੱਜਣ ਦੀਆਂ ਸਾਥੀਆਂ, ਅਤੇ ਜੇ ਤੁਹਾਨੂੰ ਮੇਰੇ ਜੀਵਨ ਬਾਰੇ ਥੋੜ੍ਹਾ ਬਹੁਤ ਪਤਾ ਹੋਵੇ, ਤੁਸੀਂ ਬਾਹਰ ਜਾ ਕੇ ਜੇ ਮੇਰੇ ਮੂੰਹ 'ਤੇ ਨਾ ਪਿਆ, ਬਾਹਰ ਜਾ ਕੇ ਤਾਂ ਕਹੋਗੇ ਹੀ ਭਾਈ ਸੁਰਜੀਤ ਸਿੰਘ ਬੜੀਆਂ ਗੱਲਾਂ ਮਾਰਦਾ ਸੀ, ਆਪਦੇ ਹੋ ਜਾਏ, ਕਹੋਗੇ ਕਿ ਨਹੀਂ ਕਹੋਗੇ? ਲੋਕ ਨਹੀਂ ਕਹਿੰਦੇ ਨੇ ਸਾਨੂੰ, ਐਵੇਂ ਹੀ ਕਰਦੇ ਨੇ, ਇਹਨਾਂ ਦਾ ਇੱਦਾਂ ਸੀ ਇੱਦਾਂ ਸੀ, ਆਪ ਤਾਂ ਕੁਛ ਵੀ ਕਰ ਸਕਦੇ। ਉਹ ਕਹਿੰਦੇ ਭਾਈ ਬਾਬਾ ਦੀਪ ਸਿੰਘ ਜੀ ਸੀਸ ਤਾਂ ਇੱਥੇ ਧਰ ਕੇ ਲੜਿਆ, ਇਹ ਤਾਂ ਚੂਹਾ ਵੀ ਨਹੀਂ ਮਾਰ ਸਕਦੇ। ਆਪਾਂ ਲੜ ਸਕਦੇ, ਆਪਾਂ ਸੀਸ ਤਾਂ ਇੱਥੇ ਧਰ ਸਕਦੇ ਹਾਂ, ਆਪਾਂ ਤਾਂ ਸੀਸ ਦੇਣ ਲਈ ਤਿਆਰ ਨਹੀਂ ਗੁਰੂ, ਪਹਿਲੇ ਤਾਂ ਕੀ ਕਰਨਾ, ਸਾਨੂੰ ਵੀ ਬਣਨਾ ਪਏਗਾ ਨਾ, ਦੀਪ ਸਿੰਘ ਸਾਨੂੰ ਬਣਨਾ ਪਏਗਾ ਨਾ। ਹਾਂਜੀ ਦੇਖੋ, ਜੇ ਸੱਚ ਬਣਨਾ ਹੈ ਨਾ, ਤੇ ਸਭ ਤੋਂ ਪਹਿਲਾਂ ਸੱਚ ਸੁਣਨਾ ਸਿੱਖੀਏ। ਸੱਚ ਸੁਣੋਗੇ, ਸੁਣ ਚੁੱਕੇ ਹੋ ਜੀਏ, ਬੜਾ ਔਖਾ ਹੈ ਸੱਚ ਸੁਣਨਾ, ਬੜਾ ਔਖਾ ਹੈ ਸੱਚ ਬੋਲਣਾ, ਉਸ ਤੋਂ ਵੀ ਔਖਾ। ਜਿਨ੍ਹਾਂ ਨੇ ਸੱਚ ਬੋਲਿਆ ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾ ਤਾ ਲੋਕਾਂ ਨੇ, ਸਿਰ 'ਚ ਰੇਤਾ ਪਾ ਤਾ, ਗਰਮ ਗਰਮ ਰੇਤਾ ਤੱਤੀ ਤਵੀ 'ਤੇ ਬਿਠਾਇਆ, ਉਗਲੀ ਦੇਖ ਬਾਲ ਦਿੱਤਾ, ਕਾਹਦੇ ਲਈ? ਸੱਚ ਬੋਲਦੇ ਸੀ। ਚਾਂਦਨੀ ਚੌਂਕ 'ਚ ਬਿਠਾ ਕੇ ਸ਼ਹੀਦ ਕਰ ਦਿੱਤੇ, ਦੇਖ 'ਚ ਉਬਾਲ ਦਿੱਤਾ, ਰੂੰ 'ਚ ਪਾ ਕੇ ਸਾੜ ਦਿੱਤਾ, ਆਰੇ ਨਾਲ ਤਨ ਪਾੜ ਦਿੱਤਾ, ਕਾਹਦੇ ਲਈ? ਤੇ ਸੱਚ ਤੇ ਚੱਲਣਾ ਇਹੀ ਖੰਨਿਆ ਤਿੱਖੀ ਵਾਲੀ ਨਿੱਕੀ, ਮਰ ਜਾਵਾਂਗਾ ਪਰ ਝੂਠ ਨਹੀਂ ਬੋਲ, ਇਹ ਸਿੱਖੀ, ਮਰ ਜਾਵਾਂਗਾ ਝੂਠ ਨਹੀਂ ਬੋਲ, ਬੋਲਿਆ ਸੱਚ ਧਰਮ ਝੂਠ ਨਾ, ਜੋ ਗੁਰ ਦੱਸੇ ਵਾਟ ਮੁਰੀ ਜਾਣ ਝੂਠ, ਇਹ ਨਹੀਂ ਝੂਠ ਬੋਲੀ, ਸਹੀ ਤੇ ਲੈ ਕੇ ਬੋਲੀ, ਉਹ ਸਿੱਖੀ ਨਹੀਂ ਹੈ। ਸਿੱਖੀ ਹੈ ਸਚਾਰ ਬੰਦਾ ਨਾਲ, ਤਾਂ ਇਸੇ ਜੀਵਨ 'ਚ ਬਣਨਾ ਪੈਣਾ, ਇਹ ਯਾਤਰਾ ਹੈ ਸੱਚ ਤੱਕ ਪਹੁੰਚਣਾ, ਗੋਬਿੰਦ ਮਿਲਣ ਦੀ, ਗੋਬਿੰਦ ਵਿੱਚ ਮਿਲਣਾ, ਰੱਬ ਸੱਚ ਕਿ ਝੂਠ? ਸੱਚੀ ਆਦਿ ਸੱਚ ਹੈਗੀ ਸੱਚ, ਫਿਰ ਸੱਚ 'ਚ ਰਲਣਾ ਤੇ ਝੂਠ ਰਲੇਗਾ ਸੱਚ 'ਚ? ਆਪਾਂ ਸੱਚ 'ਚ ਰਲਣਾ ਨਾ, ਤੇ ਸੱਚ ਸੇਵਨ ਸੇ ਸੱਚ ਰਲਾ ਦਿਆ, ਜਿਹਨੂੰ ਗੁਰਮੁਖ ਕੋਈ ਢੋਲਿਆ ਤੈਨੂੰ ਅੰਦਰੋਂ ਹੀ ਸੱਚ ਲੱਗਦਾ, ਜਿਨ੍ਹਾਂ ਨੇ ਗੁਰਮੁਖ ਬਣ ਕੇ ਸੱਚ ਦੀ ਭਾਲ ਕੀਤੀ ਉਹਨਾਂ ਨੂੰ ਅੰਦਰੋਂ ਹੀ ਸੱਚ ਲੱਗਦਾ, ਉਹ ਸਚਾਰ ਬਣ ਗਏ, ਅਤੇ ਸਚਾਰ ਸਿੱਖ ਬੈਠੇ ਸਤਿਗੁਰ ਪਾਸ, ਉੜਿਆਰ ਉੜਿਆਰੀ ਜਾਏ ਰਹੇ, ਜੇ ਝੂਠੇ ਆ ਉੜਿਆ ਚਾਰ ਰਹਿਣਾ, ਜੇ ਸੱਚੇ ਆ ਪਰਮਾਤਮਾ ਚਾਰ ਰਹਿਣਾ, ਬਾਜੀ ਸਾਡੇ ਹੱਥ ਹੈ, ਸਚਾਰ ਬਣਨਾ ਕਿ ਕੁੜਿਆਰ ਬਣਨਾ, ਕੁੜਿਆਰ ਬਣਾਂਗੇ ਤਾਂ ਕੁੜਿਆਰੀ ਜਾਏ ਰਹੇ, ਸਚਾਰ ਬਣਾਂਗੇ ਸਚਾਰ ਸਿੱਖ ਬੈਠੇ ਸਤਿਗੁਰ ਪਾਸ, ਬਾਜੀ ਤੁਹਾਡੇ ਅਤੇ ਮੇਰੇ ਹੱਥ ਆ, ਜੀਵਨ ਸੱਚ ਲਈ ਮਿਲਿਆ,
ਜੀਵਨ ਜੀਣ ਲਈ ਮਿਲਿਆ, ਨਾ ਕੁਛ ਕਮਾਉਣ ਲਈ ਮਿਲਿਆ ਤੇ ਨਾ ਕੁਛ ਖਾਣ ਲਈ ਮਿਲਿਆ, ਨਾ ਕੋਠੀਆਂ ਬਣਾਉਣ ਲਈ ਮਿਲਿਆ ਤੇ ਨਾ ਤਾਰਾਂ ਪੈਦਾ ਬਣਾਉਣ ਲਈ ਮਿਲਿਆ, ਨਾ ਬੱਚੇ ਪੈਦਾ ਕਰਨ ਲਈ ਮਿਲਿਆ। ਬੱਚੇ ਬਹੁਤ ਪੈਦਾ ਕੀਤੇ ਪਹਿਲੇ ਜਨਮਾਂ 'ਚ, ਐਸੇ ਘਰ ਹਮ ਬਹੁਤ ਵਸਾਏ, ਬਾਣੀ 'ਚ ਲਿਖਿਆ ਐਸੇ ਘਰ ਹਮ ਬਹੁਤ ਵਸਾਏ, ਇਹੋ ਜਿਹੀਆਂ ਕੋਠੀਆਂ ਤਾਰਾਂ ਬੜੀ ਵਾਰੀ ਝੂਟੀਆਂ, ਕਈ ਵਾਰੀ ਆਲੜਿਆਂ 'ਚ ਬੱਚੇ ਦਿੱਤੇ, ਕਈ ਵਾਰੀ ਪਾਣੀ 'ਚ ਦਿੱਤੇ, ਕਈ ਵਾਰੀ ਕਿੰਨੇ ਖਰਚੇ, ਕਿੱਥੇ ਕਿੱਥੇ ਸਾਡੀ ਯਾਤਰਾ ਆ, ਬਹੁਤ ਲੰਬੀ ਯਾਤਰਾ ਹੈ, ਮਹਾਰਾਜ ਕਰੇ ਕਿਤੇ ਨਾ ਕਿਤੇ ਤਾਂ ਸਮਾਪਤੀ ਕਰਨੀ ਪਈ ਯਾਤਰਾ ਦੀ। ਆਨੰਦ ਦੀ ਭਾਲ 'ਚ ਅਸੀਂ ਸਾਰੇ, ਅਤੇ ਆਨੰਦ ਉਦੋਂ ਨਹੀਂ ਆਏਗਾ ਜਿੱਦਣ ਗੁਰੂ ਨਹੀਂ ਮਿਲੋਗੇ, ਸ਼ਬਦ ਗੁਰੂ ਦਾ ਰਸ ਪੀਓਗੇ ਅਤੇ ਫਿਰ ਪਤਾ ਲੱਗ ਜਾਏਗਾ ਆਹ ਸੀਗਾ ਰਸ ਅਸਲ ਵਿੱਚ। ਉਦੋਂ ਤੱਕ ਚੈਨ ਨਹੀਂ ਆਉਣੀ ਜਦੋਂ ਤੱਕ ਗੁਰੂ ਨਾਲ ਮਿਲਾਪ ਨਹੀਂ ਹੋਊਗਾ, ਵਿਛੜੇ ਹਾਂ, ਜਿੰਨੇ ਚਿਰ ਮਿਲਾਪ ਨਹੀਂ ਹੋਏਗਾ ਚੈਨ ਨਹੀਂ ਲੈ, ਵਿਛੋੜਾ ਮੁੱਕੇਗਾ, ਮਿਲਾਪ ਹੋਏਗਾ, ਯਾਤਰਾ ਸਮਾਪਤ ਹੋਏਗੀ। ਵਿਛੜ ਗਏ ਹਾਂ, ਯਾਤਰਾ ਹੈ ਮਿਲਣਾ, ਅਤੇ ਜਿੰਨੇ ਚਿਰ ਮਿਲਦੇ ਨਹੀਂ ਉਨੇ ਚਿਰ ਯਾਤਰਾ ਚੱਲਦੀ ਰਹੀ, ਫਿਰ ਜਨਮ ਮਿਲੇਗਾ, ਫਿਰ ਜਨਮ ਮਿਲੇਗਾ, ਫਿਰ ਜਨਮ ਮਿਲੇਗਾ। ਤੂੰ ਚੰਗਾ ਆ, ਇਸੇ ਜਨਮ ਵਿੱਚ ਹੀ ਕੰਮ ਨਿਬੜ ਜਾਵੇ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਕਾਟੀ ਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕਹਿ ਹਾਰ, ਬਹੁ ਵਿਦ ਕਹਿਓ ਪੁਕਾਰ, ਭਾਵੇਂ ਜੀਵਨ ਦੀ ਬਾਜੀ ਜਿੱਤ ਕੇ ਜਾ ਅਤੇ ਭਾਵੇਂ ਹਾਰ ਕੇ ਜਾ, ਸਾਹ ਲੈ ਲਓ ਤੁਸੀਂ, ਹੈ ਨਾ, ਬਹੁਤ ਚਿਰ ਹੋ ਗਿਆ, ਥਾਗੇ ਹੋਣੇ, ਪਾਣੀ ਪੂਣੀ ਪੀ ਲਓ, ਮਾਹੀ ਪੀ ਲੈਣੇ, ਫਿਰ ਦੁਬਾਰਾ ਮਿਲਦੇ ਨੇ। ਹਾਂ ਲੰਗਰ ਬਣਿਆ, ਕੀ ਬਣਾਇਆ ਲੰਗਰ 'ਚ? ਕੱਲ ਨੀ ਆਉਣਾ ਫਿਰ ਨਾ ਕਿਸੇ ਨੇ, ਅੱਜ ਮੈਨੂੰ ਦੱਸ ਦੀ ਪਹਿਲਾਂ ਮਜ਼ਾਕ ਕਰਦਾ ਨਾ। ਕੋਈ ਫਾਇਦਾ ਹੋਇਆ ਇੱਥੇ ਆਉਣ ਦਾ? ਹੈ ਬਿਲਕੁਲ ਨੀ ਹੋਇਆ। ਮਹਾਰਾਜ ਕਰੋ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜਿੰਨੇ ਵੀ ਆਏ ਹੋ ਨਾ, ਸਾਡੀ ਜੀਵਨ ਦੀ ਚਾਲ 'ਚ ਕੁਛ ਫਰਕ ਪਵੇ, ਸਾਨੂੰ ਗੁਰੂ ਨਾਨਕ ਸਾਹਿਬ ਆਪਣੇ ਆਪਣੇ ਨਾਲ ਮਿਲਾਉਣ, ਸਾਡੀ ਤਾਂ ਇਹੀ ਹੁੰਦੀ ਹੈ ਬੋਲੀ, ਅਤੇ ਬੋਲਣ ਦਾ ਸਾਡਾ ਪ੍ਰਯੋਜਨ ਹੀ ਜਾਣਿਆ, ਸਾਡਾ ਤੁਹਾਡੇ ਨਾਲ ਕਿਸੇ ਨੂੰ ਕੋਈ ਵੱਧ ਗੱਲ ਬੋਲਣਾ ਜਾਂ ਕਿਸੇ ਨੂੰ ਕੋਈ ਦੱਸਣਾ ਕਰਨਾ, ਕਿਸੇ ਨੂੰ ਲਾ ਕੇ ਗੱਲ ਕਰਨੀ, ਇਹ ਤਾਂ ਪ੍ਰਯੋਜਨ ਹੀ ਨਹੀਂ ਹੈ। ਇੱਕੋ ਹੀ ਪ੍ਰਯੋਜਨ ਹੁੰਦਾ ਵੀ ਜਿੱਥੋਂ ਅਸੀਂ ਨਿਕਲੇ ਹਾਂ, ਜਿਸ ਪਾਪ ਵਿੱਚ ਸਾਨੂੰ ਗੁਰੂ ਨੇ ਕੱਢਿਆ, ਜਿਹੜੀ ਖੁਸ਼ੀ ਸਾਨੂੰ ਨਸੀਬ ਹੋਈ ਹੈ ਉਹ ਕਿਤੇ ਕਿਸੇ ਹੋਰ ਨੂੰ ਨਹੀਂ ਮਿਲ ਜਾਂਦੀ। ਮੇਰਾ ਤਾਂ ਦਾਤਾ ਇਹੀ ਹੈ, ਪੈਸੇ ਲੈਂਦਾ ਨਹੀਂ ਮੈਂ, ਕੁਝ ਨਹੀਂ, ਬਾਹਰ ਤੁਰਿਆ ਫਿਰਦਾ ਹਾਂ ਇਸ ਤਰ੍ਹਾਂ ਹੀ, ਕਿਉਂਕਿ ਉਹ ਮੇਰਾ ਪਾਪਾ ਤੁਰਿਆ ਫਿਰਦਾ ਹੈ। ਗੁਰੂ ਨਾਨਕ ਸਾਹਿਬ ਸਾਰੀ ਉਮਰ ਆਪ ਘਰ ਬੈਠੇ ਨਹੀਂ, ਬੈਠੇ ਆਪਣੇ ਬੱਚੇ ਛੱਡ ਕੇ ਤੁਰੇ ਰਹੇ, ਅਤੇ ਅੱਜ ਵੀ ਤੁਰੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਤੁਸੀਂ ਆਏ ਇੱਥੇ ਆਸਟ੍ਰੇਲੀਆ, ਤੁਹਾਡੇ ਨਾਲ ਹੀ ਆ ਗਏ, ਬੈਠੇ ਹੀ ਨਹੀਂ, ਅਤੇ ਸਿੱਖ ਨੇ ਵੀ ਬਹਿਣਾ ਨਹੀਂ ਹੈ, ਸਿੱਖ ਦਾ ਜੀਵਨ ਐਸਾ ਆ ਇਹਨੇ ਬਹਿਣਾ ਨਹੀਂ, ਇਹਨੇ ਕੁਛ ਨਾ ਕੁਛ ਕਰਦੇ ਰਹਿਣਾ, ਆਪਣਾ ਭਲਾ ਤਾਂ ਹੋਣਾ ਹੀ ਹੋਣਾ, ਨਾਲ ਦੂਜਿਆਂ ਦਾ ਵੀ ਭਲਾ ਹੋਣਾ, ਹਰ ਸਿੱਖ ਦਾ ਫਰਜ਼ ਹੈ, ਤੁਹਾਡਾ ਵੀ ਸਾਹ ਹੈ, ਆਪ ਜਪੈ ਛੱਕ ਲਓ ਤੁਸੀਂ ਹੁਣ ਪ੍ਰਸ਼ਾਦਾ ਪਾਣੀ, ਫਿਰ ਆ ਕੇ ਕੋਈ ਸਜਣ ਦੇ ਬਾਰੇ, ਕਰਮ ਦਾ ਸੀਗਾ ਮਾਰ ਦੇਣਾ।